ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਪਹਿਲਾ ਵਿਸ਼ਾ ਸਾਨੂੰ ਪਾਠ ਕਿਉਂ ਅਤੇ ਕਿਵੇਂ ਕਰਨਾ ਚਾਹੀਦਾ, ਇਹ ਇੱਕ ਐਸਾ ਵਿਸ਼ਾ ਜਿਹੜਾ ਵਿਸ਼ਾ ਸਾਡੇ ਸਭ ਨਾਲ, ਲਗਭਗ ਸਭ ਨਾਲ ਹੀ ਇਹ ਸੰਬੰਧਿਤ ਹੈ। ਮੈਨੂੰ ਬੜੇ ਬੜੇ ਲੋਕ ਮਿਲਦੇ ਨੇ ਜਿਹੜੇ 25-25 30-30 ਸਾਲ ਤੋਂ 35-35 ਸਾਲ ਤੋਂ ਜੋ ਨੇ ਉਹ ਗੁਰਦੁਆਰਾ ਸਾਹਿਬ ਵੀ ਰੋਜ਼ ਜਾਂਦੇ ਨੇ, ਪਾਠ ਵੀ ਕਰਦੇ ਨੇ, ਔਰ ਫਿਰ ਕਹਿੰਦੇ ਨੇ ਯਾਰ ਜ਼ਿੰਦਗੀ 'ਚ ਕੋਈ ਬਦਲਾਵ ਨਹੀਂ ਆਇਆ, ਕਿ ਇਤਨਾ ਪਾਠ ਕਰੀਦਾ, ਇਤਨਾ ਗੁਰੂ ਨੂੰ ਮੰਨੀਦਾ, ਇਤਨੀ ਜਪ ਕਰੀਦਾ, ਇਤਨਾ ਗੁਰਦੁਆਰੇ ਵਿੱਚ ਜਾਈਦਾ, ਸੰਗਤ ਵਿੱਚ ਜਾਈਦਾ, ਲੇਕਿਨ ਜ਼ਿੰਦਗੀ 'ਚ ਕੋਈ ਬਦਲਾਵ ਮਹਿਸੂਸ ਨਹੀਂ ਹੋ ਰਿਹਾ। ਆਫਟਰ ਆਲ ਕੀ ਕਾਰਨ ਹੈ? ਅਸੀਂ ਅੱਜ ਉਸ ਬਾਰੇ ਜੋ ਹੈ ਇਹ ਵਿਚਾਰ ਕਰਨੀ ਹੈ। ਕਿਸੇ ਸਿਆਣੇ ਨੇ ਕਿਹਾ ਸੀ ਕਿ ਇੱਕ ਕਿਤਾਬ ਰਿਲੀਜ਼ ਹੋਈ ਸੀ ਅਤੇ ਉਹ ਕਿਤਾਬ ਦਾ ਨਾਂ ਸੀ ਕਿ ਇੱਕ ਆਦਰਸ਼ਕ ਮਨੁੱਖ ਕਿਵੇਂ ਬਣਿਆ ਜਾ ਸਕਦਾ, ਅਤੇ ਕਹਿੰਦੇ ਨੇ ਕਿ ਵੈਟੀਕਨ ਸਿਟੀ ਵਿੱਚ ਉਸ ਟਾਈਮ ਦੇ ਪੋਪ ਨੂੰ ਜਦੋਂ ਇਹ ਕਿਤਾਬ ਦਿੱਤੀ ਗਈ ਤਾਂ ਉਸਨੇ ਪਹਿਲੇ ਸਫ਼ੇ 'ਤੇ ਦੋ ਲਾਈਨਾਂ ਲਿਖ ਦਿੱਤੀਆਂ ਸੀ। ਉਹਦੇ 'ਚ ਲਿਖਿਆ ਸੀ ਕਿ ਜੇ ਇੱਕ ਆਦਰਸ਼ਕ ਮਨੁੱਖ ਬਣਨਾ ਤਾਂ ਦੋ ਗੱਲਾਂ ਹਮੇਸ਼ਾ ਯਾਦ ਰੱਖਣ ਵਾਲੀਆਂ ਨੇ ਔਰ ਦੋ ਗੱਲਾਂ ਕਦੇ ਵੀ ਉਸਨੂੰ ਯਾਦ ਨਹੀਂ ਰੱਖਣਾ। ਯਾਦ ਕੀ ਰੱਖਣਾ? ਜਿਹੜੀ ਹਮੇਸ਼ਾ ਜ਼ਹਿਨ ਵਿੱਚ ਹੋਣੀਆਂ ਨੇ ਔਰ ਜਿਹਦਾ ਜਿਹੜੀ ਪਰ ਮਨੁੱਖ ਦੀ ਫਿਤਰਤ ਹੈ ਉਹ ਗੱਲਾਂ ਯਾਦ ਰੱਖਦਾ ਨਹੀਂ ਹੈ, ਆਪਣੇ ਸੁੱਖਾਂ ਦੇ ਵਿੱਚ ਆ ਕੇ, ਆਪਣੀ ਡਿਜ਼ਾਇਰਸ ਦੇ ਵਿੱਚ ਆ ਕੇ। ਉਹ ਦੋ ਗੱਲਾਂ ਨੇ ਕਿ ਇੱਕ ਤਾਂ ਉਸ ਪਰਮਾਤਮਾ ਦੀ ਹੋਂਦ ਦਾ ਅਹਿਸਾਸ, ਉਸ ਪਰਮਾਤਮਾ ਦੀ ਸਰਵ ਵਿਆਪਕਤਾ ਦੀ ਅਹਿਸਾਸ, ਔਰ ਦੂਸਰਾ ਮੌਤ, ਕਿ ਮੌਤ ਜਿਹੜੀ ਹੈ ਇਹ ਅਵਸ਼ ਹੈ, ਅਟਲ ਹੈ, ਇਮੀਨੈਂਟ ਹੈ। ਔਰ ਜਿਹੜੀਆਂ ਦੋ ਗੱਲਾਂ ਕਦੇ ਯਾਦ ਨਹੀਂ ਰੱਖਣੀਆਂ, ਦੂਸਰੇ ਦੀ ਬਦੀ ਔਰ ਆਪਣੀ ਕੀਤੀ ਨੇਕੀ। ਕਿਸੇ 'ਤੇ ਕੋਈ ਕਿਸੇ ਨਾਲ ਕੋਈ ਚੰਗਾ ਵਿਵਹਾਰ ਕਰ ਦਿੱਤਾ ਔਰ ਫਿਰ ਉਸਨੂੰ ਜਿਤਾਉਣਾ, ਤਾਂ ਦੋ ਗੱਲਾਂ ਕਦੇ ਯਾਦ ਨਹੀਂ ਰੱਖਣੀਆਂ ਕਿ ਦੂਸਰੇ ਦੀ ਬਦੀ ਔਰ ਆਪਣੀ ਨੇਕੀ। ਤੋ ਜਦੋਂ ਅਸੀਂ ਆਪਣੀ ਗਰਾਊਂਡ ਰਿਐਲਿਟੀ ਵਿੱਚ ਦੇਖਦੇ ਹਾਂ, ਆਪਣੇ ਅਸੀਂ ਸਾਰੇ ਬੈਠੇ ਹਾਂ ਇਨਕਲੂਡਿੰਗ ਮੀ, ਕਿ ਅਸੀਂ ਤਾਂ ਆਪਣੀਆਂ ਸੁੱਖਾਂ ਦੇ ਲਈ, ਤਕਲੀਫਾਂ ਦੇ ਲਈ ਵੀ ਗੁਰਦੁਆਰੇ ਚੁਣੇ ਹੋਏ ਨੇ। ਕਿਸੇ ਨੂੰ ਕੋਈ ਪੈਸਾ ਟੱਕਾ ਚਾਹੀਦਾ ਤਾਂ ਉਹ ਸੀਸ ਗੰਜ ਸਾਹਿਬ ਗਰਨੋ ਨੇ ਦਾਵੇ ਦਾਏ, ਹੈਂਜੀ। ਕਿਸੇ ਨੂੰ ਕੋਈ ਬਿਮਾਰ ਹੈ ਤਾਂ ਗੁਰੂ ਹਰਕਿਸ਼ਨ ਸਾਹਿਬ, ਔਰ ਇਹ ਫਤਿਹਨਗਰ ਜਿਹੜਾ ਗੁਰਦੁਆਰਾ ਸਾਹਿਬਜ਼ਾਦਿਆਂ ਦਾ, ਉੱਥੇ ਤਾਂ ਦਿਨ ਵੀ ਮੁਕਰਰ ਨੇ ਮੰਗਲਵਾਰ। ਜਦਕਿ ਦਸਵੇਂ ਪਾਤਸ਼ਾਹ ਨੇ ਜਦੋਂ ਇਹ ਬਾਡੀ ਨੂੰ ਗੁਰੂ ਦੀ ਪ੍ਰਥਾ ਖਤਮ ਕਰਨ ਦੀ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਸ਼ਬਦ ਗੁਰੂ ਹੁਣ ਤੁਹਾਡਾ ਗੁਰੂ ਹੈ। ਹੁਣ ਉਹ ਸ਼ਬਦ ਗੁਰੂ ਭਾਵੇਂ ਮਾਤਾ ਸੁੰਦਰੀ ਦੇ ਵਿੱਚ ਉਸਨੂੰ ਅਡੋਪਟ ਕਰ ਲਓ, ਭਾਵੇਂ ਸੀਸਗੰਜ ਸਾਹਿਬ ਕਰ ਲਓ, ਭਾਵੇਂ ਬੰਗਲਾ ਸਾਹਿਬ ਕਰ ਲਓ, ਪਰ ਅਸੀਂ ਇਹ ਪੱਕੀ ਗੱਲ ਹੈ ਕਿ ਅਸੀਂ ਇਹ ਬਣਾਏ ਹੋਏ ਨੇ। ਔਰ ਮੈਂ ਬੜੇ ਲੋਕਾਂ ਨੂੰ ਜਾਣਦਾ, ਉਹ ਕਹਿੰਦਾ ਜੀ ਮੈਂ ਤਾਂ ਬਸ ਸਿਰਫ ਸੀਸਗੰਜ ਹੀ ਮੱਥਾ ਟੇਕਣਾ ਡੇਲੀ, ਮੈਂ ਜੀ ਸਿਰਫ ਬੰਗਲਾ ਸਾਹਿਬ ਟੇਕਣਾ। ਇਹ ਗੱਲਾਂ ਕੁਛ ਐਸੀਆਂ ਨੇ ਜਿਹੜੀਆਂ ਬੜੀਆਂ ਚਿੰਤਾ ਵਾਲੀਆਂ ਵੀ ਨੇ, ਔਰ ਇਹ ਬੜੀ ਮੰਗ ਕਰਦੀ ਹੈ ਕਿ ਇਹ ਚਿੰਤਨ ਕਰਨ ਦੀ ਜ਼ਰੂਰਤ ਹੈ ਕਿ ਆਫਟਰ ਆਲ ਇਹ ਜਿਹੜੇ ਧਰਮ ਸ਼ਾਸਤਰ ਨੇ, ਸਕ੍ਰਿਪਚਰ ਨੇ ਜਾਂ ਗੁਰੂ ਗ੍ਰੰਥ ਸਾਹਿਬ ਹੈ, ਇਹ ਇਸ ਨੂੰ ਗੁਰੂ ਦੀ ਉਪਾਧੀ ਦਿੱਤੀ ਗੁਰੂ ਸਾਹਿਬ ਨੇ, ਕੀ ਉਹਨਾਂ ਦੀ ਜਿਹੜੀ ਸੀ ਉਹ ਥਿੰਕਿੰਗ ਸੀ? ਉਹ ਇਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਮਾਡਰਨ ਏਜ ਦੇ ਵਿੱਚ ਜਨਰੇਸ਼ਨ ਨੂੰ ਸਮਝਾਉਣ ਲਈ ਜਾਂ ਜਨਰੇਸ਼ਨ ਨੂੰ ਆਪਣੇ ਨਾਲ ਲਗਾਉਣ ਲਈ ਇਹਨੂੰ ਕਹਿਣਾ ਪਏਗਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਜੀਵਨ ਜਾਚ ਹੈ, ਇਹ ਵੇ ਆਫ ਲਾਈਫ ਹੈ। ਤੁਹਾਡੇ ਜ਼ਿੰਦਗੀ ਦੀ ਹਰ ਪ੍ਰੋਬਲਮ ਨੂੰ, ਤੁਹਾਡੇ ਜ਼ਿੰਦਗੀ ਦੇ ਹਰ ਸਫ਼ਰ ਨੂੰ, ਹਰ ਰਾਹ ਨੂੰ, ਹਰ ਡਾਇਰੈਕਸ਼ਨ ਨੂੰ ਇਸੇ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਔਰ ਇਸੇ ਲਈ ਅਸੀਂ ਜਦੋਂ ਇਹ ਸਿਲੇਬਸ ਬਣਾਉਣ ਲੱਗੇ ਤਾਂ ਇਹਨਾਂ ਦੇ ਟਾਈਟਲ ਸਬਜੈਕਟ ਜਿਹੜੇ ਨੇ ਉਹ ਅਸੀਂ ਇਸੇ ਲਈ ਲਗਾ ਦਿੱਤੇ ਕਿ ਮਾਡਰਨ ਮੈਨੇਜਮੈਂਟ ਪ੍ਰਿੰਸੀਪਲ ਇਨ ਗੁਰੂ ਗ੍ਰੰਥ ਸਾਹਿਬ, ਕਮਿਊਨੀਕੇਸ਼ਨ ਸਾਇੰਸ ਇਨ ਗੁਰੂ ਗ੍ਰੰਥ ਸਾਹਿਬ, ਵੂਮੈਨ ਐਮਪਾਵਰਮੈਂਟ ਇਨ ਗੁਰੂ ਗ੍ਰੰਥ ਸਾਹਿਬ।
ਜਦਕਿ ਇਹ ਸਾਰੇ ਟੌਪਿਕ ਇੱਕੋ ਵਾਰ 'ਚ ਹੀ ਖਤਮ ਹੋ ਸਕਦੇ ਨੇ ਰੈਲੀਵੈਂਸ ਆਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਅਸੀਂ ਸਿਰਫ ਜਨਰੇਸ਼ਨ ਨੂੰ ਸਮਝਾਉਣ ਲਈ, ਜਨਰੇਸ਼ਨ ਨੂੰ ਆਪਣੇ ਨਾਲ ਜੋੜਨ ਲਈ ਅਸੀਂ ਇਸ ਤਰ੍ਹਾਂ ਦੀ ਗੱਲ ਕੀਤੀ। ਪ੍ਰੋਫੈਸਰ ਪੂਰਨ ਸਿੰਘ ਨੇ 1914 ਦੇ ਵਿੱਚ ਇੱਕ ਗੱਲ ਲਿਖੀ ਸੀ, ਉਹ ਇਹ ਲਿਖੀ ਸੀ ਕਿ ਜੇ ਸਿੱਖੀ ਬਚਾਉਣੀ ਹੈ ਤਾਂ ਗੁਰਦੁਆਰਿਆਂ ਦੇ ਜਿਹੜਾ ਪ੍ਰੀਚਿੰਗ ਸਿਸਟਮ ਹੈ ਇਸ ਨੂੰ ਇੱਕਦਮ ਚੇਂਜ ਕਰਨਾ ਪਏਗਾ। ਔਰ ਮੈਨੂੰ ਲੱਗਦਾ ਕਿ ਉਹਨਾਂ ਨੇ ਇੱਕ ਥਾਂ 'ਤੇ ਇਹ ਵੀ ਲਿਖੀ ਗੱਲ, ਜਿਹੜੀਆਂ ਗੱਲਾਂ 'ਚ ਅਸੀਂ ਜ਼ਿਆਦਾ ਆਪਸ ਦੇ ਵਿੱਚ ਬਹਿਸਦੇ ਵੀ ਹਾਂ, ਔਰ ਮੈਨੂੰ ਸ਼ੁਰੂ ਸ਼ੁਰੂ ਵਿੱਚ ਇਸ ਕਲਾਸ ਵਿੱਚ ਵੀ ਬੜੇ ਸਵਾਲ ਪੁੱਛੇ ਗਏ ਦੂਸਰੇ ਤੀਸਰੇ ਚੌਥੇ ਸੈਸ਼ਨ ਵਿੱਚ, ਕਿ ਉਹ ਇਹ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਕਿ ਤੁਸੀਂ ਕੀ ਖਾਂਦੇ ਹੋ ਕੀ ਨਹੀਂ ਖਾਂਦੇ, ਕੀ ਪਹਿਨਦੇ ਹੋ ਕੀ ਨਹੀਂ ਪਹਿਨਦੇ, ਇਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਧਰਮ ਦਾ ਸੰਬੰਧ ਸਿਰਫ ਅਤੇ ਸਿਰਫ ਕੇਵਲ ਅਤੇ ਕੇਵਲ ਸੁਰਤ ਨਾਲ ਹੈ। ਹੁਣ ਇਸ ਗੱਲ ਨੂੰ ਬੜਾ ਸਮਝਣਾ ਹੈ, ਜੇ ਪਾਠ ਕਰਕੇ ਜੇ ਅਸੀਂ ਆਪਣੀ ਸੁਰਤ ਨੂੰ ਸਿੱਧੇ ਰਸਤੇ ਨਹੀਂ ਪਾ ਸਕਦੇ ਤਾਂ ਉਸ ਪਾਠ ਨੂੰ ਫਿਰ ਅਸੀਂ ਐਵੇਂ ਤੋਤਾ ਰਟਨ ਕਰ ਰਹੇ ਹਾਂ। ਤੋ ਇਹ ਬੜੀ ਜ਼ਰੂਰੀ ਕੁਛ ਗੱਲਾਂ, ਉਹ ਕਹਿੰਦੇ ਨਾ ਕਿ ਦੇਖੇ ਤੋ ਜੋਤ ਸਰੂਪ, ਬੋਲੇ ਤੋ ਗਿਆਨ ਸਰੂਪ। ਜੇ ਪਾਠ ਕਰਕੇ ਜੇ ਤੁਹਾਨੂੰ ਕੋਈ ਤੁਹਾਡੇ ਵਿੱਚ ਲੱਗਦਾ ਹੀ ਨਹੀਂ, ਕੋਈ ਗਿਆਨ ਦੀ ਗੱਲ ਨਹੀਂ ਆਈ, ਜਾਂ ਕੋਈ, ਮੈਂ ਮੰਨਦਾ ਇਸ ਗੱਲ ਨੂੰ ਕਿ ਅੱਜ ਅਸੀਂ ਇਤਨੀਆਂ, ਜਿਹੜਾ ਅੱਜ ਦਾ ਮਾਹੌਲ ਚੱਲ ਰਿਹਾ ਉਸ ਦੇ ਵਿੱਚ ਇਤਨੀਆਂ ਚਿੰਤਾਵਾਂ ਮਨੁੱਖ ਨੂੰ ਨੇ, ਔਰ ਮੈਂ ਅਕਸਰ ਕਹਿੰਦਾ ਕਿ ਕੁਦਰਤ ਨੇ, ਪਰਮਾਤਮਾ ਨੇ ਮਨੁੱਖ ਨੂੰ ਜੋ ਜਿਹੜੀਆਂ ਸਾਨੂੰ ਦਿੱਤੀਆਂ ਨੇ, ਦਿੱਤੀ ਹੈ ਪਾਵਰ ਦਿੱਤੀ ਹੋਈ ਹੈ, ਉਹ ਪਾਵਰ ਅਸੀਂ ਆਪਣੇ ਸੁੱਖਾਂ ਅਤੇ ਆਪਣੇ ਭੋਗ ਵਿਲਾਸਾਂ ਜਾਂ ਡਿਜ਼ਾਇਰਸ ਨੂੰ ਜੋ ਹੈ ਪ੍ਰਾਪਤ ਕਰਨ ਲਈ ਅਸੀਂ ਸਾਰੀਆਂ ਉਹ ਪਾਵਰਸ ਵੇਸਟ ਕਰ ਰਹੇ ਹਾਂ। ਜਦਕਿ ਧਰਮ ਤਾਂ ਰੂਹ ਨੂੰ, ਆਪਣੀ ਰੂਹ ਨੂੰ, ਆਪਣੀ ਆਤਮਾ ਨੂੰ ਜਿਹੜੀ ਸ਼ਾਂਤ ਲਈ ਜਿਹੜੀ ਗੱਲ ਸੀਗੀ, ਤੋ ਪੈਸਾ ਕਮਾਉਣ ਦੇ ਗੱਲਾਂ ਵਿੱਚ ਅਸੀਂ ਜ਼ਿਆਦਾ ਚਲੇ ਗਏ, ਔਰ ਤਾਂ ਹੀ ਅਸੀਂ ਗੁਰਦੁਆਰਿਆਂ ਦੇ ਵਿੱਚ ਆਪਣੀਆਂ, ਖਾਸ ਕਰਕੇ ਆਪਣੀਆਂ ਤਕਲੀਫਾਂ, ਆਪਣੇ ਪੈਸੇ ਦੀਆਂ ਗੱਲਾਂ, ਦੇਹ ਅਰੋਗਤਾ ਔਰ ਕਾਰੋਬਾਰਾਂ ਵਿੱਚ ਵਾਧਾ, ਇਹ ਗੱਲਾਂ ਅਕਸਰ ਅਸੀਂ ਉੱਥੇ ਗੁਰਦੁਆਰੇ 'ਚ ਕਰਦੇ ਹਾਂ। ਜਦਕਿ ਅਗਰ ਤੁਸੀਂ ਇੱਕੋ ਚੀਜ਼ ਹੀ ਮੰਨ ਲਓ ਕਿ ਮਨ ਦੀ ਸ਼ਾਂਤੀ ਦੇ ਦੇ ਮਹਾਰਾਜ, ਤਾਂ ਮੈਨੂੰ ਲੱਗਦਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਆਉਣਗੀਆਂ। ਔਰ ਬੜੀ ਵਧੀਆ ਇੱਕ ਦੋ ਲਾਈਨਾਂ ਨੇ, ਉਹ ਕਹਿੰਦੇ ਨੇ ਕਿ ਹਾਊ ਐਵਰ ਮੇ ਹੋਲੀ ਵਰਡਸ ਯੂ ਰੀਡ, ਜਿਤਨੇ ਵੀ ਤੁਸੀਂ ਪਾਠ ਕਰਦੇ ਹੋ ਜਾਂ ਪਵਿੱਤਰ ਸ਼ਬਦ ਪੜ੍ਹਦੇ ਹੋ, ਹਾਊ ਐਵਰ ਮੇ ਹੋਲੀ ਵਰਡਸ ਯੂ ਸਪੀਕ, ਜਿੰਨੇ ਮਰਜ਼ੀ ਪਵਿੱਤਰ ਸ਼ਬਦ ਤੁਸੀਂ ਬੋਲਦੇ ਹੋ, ਵਟ ਗੁੱਡ ਵਿਲ ਦੇ ਡੂ ਯੂ ਇਫ ਯੂ ਡੂ ਨਾਟ ਅੰਡਰਸਟੈਂਡ ਐਂਡ ਐਕਟ ਅਪੋਨ ਦੈਮ, ਫਿਰ ਕੀ ਫਾਇਦਾ ਹੈ ਜੇ ਤੁਸੀਂ ਉਸਨੂੰ ਸਮਝ ਨਹੀਂ ਸਕੇ ਔਰ ਉਸਦੇ ਉੱਤੇ ਤੁਸੀਂ ਐਕਟ ਨਹੀਂ ਕਰ ਸਕੇ, ਤਾਂ ਉਹਨਾਂ ਲਫ਼ਜ਼ਾਂ ਨੂੰ ਪੜ੍ਹਨ ਦਾ ਜਾਂ ਮੂੰਹ ਤੋਂ ਬੋਲਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ ਹੈ। ਤੋ ਕੀ ਸਿਰਫ ਪਾਠ ਕਰਨਾ ਹੀ ਕਾਫੀ ਹੈ, ਕੀ ਪਾਠ ਕੰਠ ਕਰ ਲੈਣਾ ਹੀ ਕਾਫੀ ਹੈ, ਇਹ ਅੱਜ ਦੇ ਕੁਝ ਸਵਾਲ ਨੇ। ਅਸੀਂ ਤਾਂ ਸੱਚੀ ਮੰਨਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਵਾਰ ਵਾਰ ਕਹੀ ਗਈ ਹੈ ਕਿ ਇੱਕ ਮੋਰੈਲਿਟੀ ਦੀ, ਵੈਲਿਊ ਸਿਸਟਮ ਦੀ ਗੱਲ ਕਹੀ ਗਈ ਹੈ, ਔਰ ਇਹ ਜਿਹੜਾ ਵਿਸ਼ਾ ਬੜਾ ਇੰਟਰੋਸਪੈਕਸ਼ਨ ਦਾ ਹੈ, ਇਹ ਵਿਸ਼ਾ ਜਿੱਥੇ ਚਿੰਤਾ ਦਾ, ਚਿੰਤਨ ਦਾ ਵੀ ਹੈ। ਅਸੀਂ ਡਾਕਟਰ ਦਲੀਪ ਸਿੰਘ ਦੀਪ ਹੋਏ ਨੇ ਇੱਕ ਬੜੇ ਵੱਡੇ ਸਿੱਖਇਜ਼ਮ ਦੇ ਵਿੱਚ ਬੜੇ ਵੱਡੇ ਵਿਦਵਾਨ ਹੋਏ ਨੇ, ਉਹਨਾਂ ਨੇ ਬੜੀਆਂ ਹੀ ਕਿਤਾਬਾਂ ਲਿਖੀਆਂ ਨੇ। ਉਹ ਕਹਿੰਦੇ ਨੇ ਕਿ ਧਰਮ ਸਿਰਫ ਬਾਹਰਲੇ ਰੂਪ ਵਿੱਚ ਨਹੀਂ, ਧਰਮ ਦਾ ਸੰਬੰਧ ਤਾਂ ਰੂਹ ਨਾਲ ਹੈ, ਔਰ ਇਹੀ ਗੱਲ ਪ੍ਰੋਫੈਸਰ ਪੂਰਨ ਸਿੰਘ ਕਹਿ ਰਹੇ ਨੇ। ਅਤੇ ਜੇ ਪਾਠ ਕਰਨ ਵੇਲੇ ਜੇ ਸਾਡੀ ਰੂਹ ਨੂੰ ਜਾਂ ਸਾਡੀ ਸੁਰਤ ਨੂੰ ਕੋਈ ਚੇਂਜ ਨਹੀਂ ਆਇਆ, ਤਾਂ ਫਿਰ ਆਈ ਐਮ ਸੋਰੀ, ਕਿੱਥੇ ਨਾ ਕਿੱਥੇ ਅਸੀਂ ਜਿਹੜੀ ਹੈ ਉਹ ਗਲਤ ਗੱਲ ਕਰ ਰਹੇ ਹਾਂ। ਇੱਕ ਮਹੱਲਾ ਪੰਜਵੇਂ ਦੀ ਗੁਰੂ ਅਰਜਨ ਸਾਹਿਬ ਦਾ ਇੱਕ ਬੜਾ ਹੀ ਖੂਬਸੂਰਤ ਫੁਰਮਾਨ ਹੈ, ਬਿਲਕੁਲ ਫਿੱਟ ਬੈਠਦਾ ਅੱਜ ਦੇ ਵਿਸ਼ੇ ਨਾਲ ਵੀ। ਉਹ ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇਹੀ ਧੋਵੇ ਚੱਕਰ ਬਣਾਏ, ਮਾਇਆ ਨੂੰ ਬੋਤੇ ਆਵੇ। ਉੱਤਰੇ ਤਾਂ ਬੜੇ ਸੋਹਣੇ ਸਰੂਪ ਬਣਾ ਲਏ, ਇਟ ਲੁਕਸ ਕਿ ਬਹੁਤ ਧਰਮੀ ਹੈ, ਸਾਡੀਆਂ ਦਿੱਖਾਂ ਇਸ ਤਰ੍ਹਾਂ ਹੋ ਗਈਆਂ, ਔਰ ਅੰਦਰੋਂ ਅੰਨਾ ਬਾਹਰੋਂ ਅੰਨਾ, ਇਨਰ ਅਤੇ ਆਊਟਰ ਉਹ ਸਭ ਉਸਨੂੰ ਵਿਸਾਰ ਰਿਹਾ, ਕੂੜੀ ਕੂੜੀ ਗਾਵੇ, ਐਵੇਂ ਕੂ ਜੋ ਮੂੰਹ ਬੋਲ ਰਿਹਾ ਜਾਂ ਜੋ ਪੜ੍ਹ ਰਿਹਾ ਉਹ ਸਭ ਕੂੜ ਹੈ। ਤੋ ਇਹ ਸਾਰੀਆਂ ਗੱਲਾਂ, ਔਰ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਜਿਹੜੀਆਂ ਪੰਜ ਨਮਾਜ਼ਾਂ ਦੀ ਗੱਲ,
या मैंने तो एक जी इको लाइन दे विच कि निवास सोई जो न्याओ बेचारे, पाठ करन दा तां ओही फायदा है जे पाठ करके किसी नाल बेइंसाफी हो रही होवे तो उन्हूं इंसाफ दिवाण विच साडा कोई होवे। तो यह अज दा साडा विषय है कि पर सवाल यह है कि जदों ग्राउंड रियलिटी विच देखदे आ तां किसे दी किताब मैं पढ़ रहा सी, मैनू लफ्ज़ तो थोड़े सख्त लगे पर मैं तुहाडा शेयर जरूर करा। वो कहंदे ने कि असी इन्ने मूर्खां विच मूर्ख हाँ कि असी बाणी पढ़न नू तां बेअदबी अते अगन भेट करन नू सत्कार समझन ते फकर करन लग पए आ। इट इज़ ग्राउंड रियलिटी, इट्स ए ग्राउंड रियलिटी। हुण तां जत्थे बने होए ने अग्नि भेट जिहड़े सरूप करने ने उहनां दे जत्थे बने ने वह गुरद्वारिआं विच और ਘਰਾਂ ਵਿੱਚ ਜਾਂਦੇ ਨੇ, ਇਹ ਬੈਠੇ ਨੇ ਜਿਨ੍ਹਾਂ ਨੇ ਹੁਣੇ ਵਿਸ਼ਾ ਕਰਨਾ ਹੈ। ਗੁਰੂ ਹਰਗੋਬਿੰਦ ਇਨਕਲੇਵ ਦੇ ਹੈੱਡ ਗ੍ਰੰਥੀ ਰਹੇ ਨੇ ਵੰਸ ਅਪੋਨ ਏ ਟਾਈਮ, ਅਤੇ ਉਹ ਚਲੇ ਗਏ ਕਹਿੰਦੇ ਜੀ ਤੁਹਾਡੇ ਕੋਲ ਬਿਰਧ ਸਰੂਪ ਦੇਖਣੇ ਨੇ ਹੈਨ ਕਿ ਨਹੀਂ ਹੈਨ। ਇਹਨਾਂ ਨੇ ਕਿਹਾ ਜੀ ਇੱਕ ਹੈ ਉਹ ਅਸੀਂ ਅਲੱਗ ਰੱਖਿਆ ਉਹ ਤੁਸੀਂ ਲੈ ਜਾਣਾ। ਕਹਿੰਦੇ ਨਹੀਂ ਜੀ ਅਸੀਂ ਤਾਂ ਸਾਰੇ ਚੈੱਕ ਕਰਨੇ ਨੇ। ਉੱਥੇ 8-10 ਰੂਪ ਪਏ ਹੋਏ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ। ਇਹਨਾਂ ਨੇ ਕਿਹਾ ਜੀ ਮੈਂ ਇਸ ਤਰ੍ਹਾਂ ਤੁਹਾਨੂੰ ਨਹੀਂ ਕਰਵਾ ਸਕਦਾ ਚੈੱਕ। ਉਹ ਥੋੜ੍ਹਾ ਜਿਹਾ ਨਾਰਾਜ਼ ਹੋਏ ਅਤੇ ਇਹਨਾਂ ਨੇ ਕਰਾਏ ਚੈੱਕ, ਅਤੇ ਥੋੜ੍ਹੇ ਜਿਹੇ 2-3 ਸਰੂਪ ਕੋਈ 4-6 ਮਹੀਨੇ ਦੇ ਸੀ। ਉਹ ਕਹਿੰਦੇ ਜੀ ਅਸੀਂ ਇਹ ਵੀ ਅਗਨੀ ਭੇਟ ਕਰਨੇ ਨੇ। ਪਤਾ ਲੱਗਿਆ ਕਿ ਉਹਨਾਂ ਨੂੰ ਕੋਟੇ ਮਿਲੇ ਹੋਏ ਨੇ ਕਿ ਤੂੰ ਮਹੀਨੇ ਵਿੱਚ 50 ਸਰੂਪ ਲਿਆਉਣੇ ਨੇ ਬਿਰਧ, ਤੂੰ 20 ਲਿਆਉਣੇ ਨੇ, ਤੂੰ 40 ਲਿਆਉਣੇ ਨੇ। ਵਾਟਸ ਹੈਪਨਿੰਗ, ਇਹ ਹੋ ਕੀ ਰਿਹਾ, ਅਸੀਂ ਕਿਹੜੇ ਪਾਸੇ ਪੈ ਗਏ ਹਾਂ? ਸਾਨੂੰ ਤਾਂ ਗੁਰੂ ਨੇ ਸ਼ਬਦ ਨਾਲ ਜੋੜਿਆ ਸੀ, ਅਸੀਂ ਅਗਨੀ ਭੇਟਾਂ ਦੇ ਵਿੱਚ ਹੀ ਆਪਣੇ ਆਪ ਨੂੰ ਧਰਮ ਮੰਨ ਲਿਆ ਹੈਗਾ। ਤੋ ਇਹ ਬੜੀਆਂ ਬੜੀਆਂ ਗੱਲਾਂ ਜਿਹੜੀਆਂ ਨੇ ਇਹ ਚਿੰਤਨ ਵਾਲੀਆਂ ਨੇ। ਅਸੀਂ ਇਸ ਦਾ ਇਸ ਵਿਸ਼ੇ ਨੂੰ ਅੱਜ ਕਰਨਾ ਹੈ, ਔਰ ਇਹ ਸਰ ਪ੍ਰਕਾਸ਼ ਸਿੰਘ ਜੀ ਇਸ ਵਿਸ਼ੇ 'ਤੇ ਕਰਨਗੇ ਕਿ ਸਾਨੂੰ ਪਾਠ ਕਿਉਂ ਅਤੇ ਕਿਵੇਂ ਕਰਨਾ ਚਾਹੀਦਾ ਇਸ ਬਾਰੇ। ਪ੍ਰਕਾਸ਼ ਸਨਮਾਨਯੋਗ ਸਰ ਚੇਅਰਮੈਨ ਸਾਹਿਬ ਭਾਵਨਾ ਮਲਿਕ ਜੀ ਅਤੇ ਆਪ ਜਿੰਨੇ ਵੀ ਸਰੋਤਾ ਜਾਨੇ 'ਤੇ ਬੈਠੇ ਹੋ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਇਹ ਵਿਸ਼ਾ ਹੈ ਕਿ ਅਸੀਂ ਪਾਠ ਕਿਉਂ ਕਰਨਾ ਹੈ ਅਤੇ ਕਿਵੇਂ ਕਰਨਾ ਹੈ, ਸਰ ਨੇ ਕੁਝ ਗੱਲਾਂ ਆਪ ਜੀ ਦੇ ਨਾਲ ਇਹ ਸਾਂਝੀਆਂ ਕੀਤੀਆਂ ਹਨ। ਸੱਚਮੁੱਚ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਹੜੀ ਗੱਲ ਹੁਣੇ ਲਾਸਟ ਵਿੱਚ ਇਹਨਾਂ ਨੇ ਕਹੀ, ਪਰ ਇਹ ਸੱਚਮੁੱਚ ਮੇਰੇ ਨਾਲ ਵਾਪਰੀ, ਮੈਂ ਗਵਾਹ ਬੈਠਾ ਹਾਂ। ਉਹ ਮੈਨੂੰ ਕਹਿਣ ਲੱਗੇ ਵੀ ਅਸੀਂ ਇੰਨੀਆਂ ਬੀੜਾਂ ਦੀ ਸਾਨੂੰ ਸੇਵਾ ਮਿਲੀ ਹੈ ਤਾਂ ਅਸੀਂ ਕਿਵੇਂ ਪੂਰੀਆਂ ਕਰਾਂਗੇ? ਮਤਲਬ ਕਿ ਇੱਕ ਮੈਂ ਇਹਨੂੰ ਇਸ ਤਰ੍ਹਾਂ ਸਮਝਦਾ ਵੀ ਸਾਡੇ ਘਰਾਂ ਦੇ ਵਿੱਚੋਂ ਅੱਜ ਵੇਖੋ ਤੁਸੀਂ ਟਰੰਕ ਰੱਖ ਦਿੱਤੇ ਗਏ ਨੇ, ਵੱਡੀਆਂ ਵੱਡੀਆਂ ਪੇਟੀਆਂ ਹਰੇਕ ਗੁਰਦੁਆਰੇ ਦੇ ਵਿੱਚ ਵੀ, ਜੋ ਤੁਹਾਡੇ ਕੋਲ ਕਿਤਾਬਾਂ ਹਨ, ਜੋ ਪੋਥੀਆਂ ਹਨ, ਆਪਣੇ ਘਰਾਂ ਵਿੱਚ ਨਾ ਰੱਖੋ, ਇੱਥੇ ਲਿਆ ਕੇ ਰੱਖ ਦਿਓ, ਅਸੀਂ ਇਹਦਾ ਸੰਸਕਾਰ ਕਰ ਦਈਏ। ਇਹ ਸਾਨੂੰ ਲਿਟਰੇਚਰ ਤੋਂ, ਸਾਨੂੰ ਪੋਥੀਆਂ ਤੋਂ, ਸਾਨੂੰ ਬਾਣੀ ਤੋਂ ਦੂਰ ਕਰਨ ਦਾ ਬਹੁਤ ਵੱਡੀ ਪਲਾਨਿੰਗ ਹੈ, ਸਾਜਿਸ਼ ਅਸੀਂ ਇਹਨੂੰ ਕਹਿੰਦੇ ਹਾਂ। ਕਿਉਂਕਿ ਮੱਛੀ ਨੂੰ ਮਾਰਨਾ ਹੋਵੇ ਨਾ, ਜਦੋਂ ਸਾਨੂੰ ਸਰੀਰਕ ਤੌਰ 'ਤੇ ਮਾਰਿਆ ਗਿਆ ਅਤੇ ਅਸੀਂ ਖਤਮ ਨਹੀਂ ਹੋਏ, ਅਤੇ ਮੱਛੀ ਨੂੰ ਮਾਰਨਾ ਹੋਵੇ ਤਾਂ ਕੀ ਕੀਤਾ ਜਾਂਦਾ? ਉਹਨੂੰ ਪਾਣੀ ਤੋਂ ਬਾਹਰ ਕੱਢ ਦਿਓ, ਉਹਨੂੰ ਕੋਈ ਗੋਲੀ ਮਾਰਨ ਦੀ ਲੋੜ ਨਹੀਂ, ਉਹਨੂੰ ਹੋਰ ਕੁਝ ਇਸ ਤਰ੍ਹਾਂ ਦਾ ਤਰੀਕਾ ਵਰਤਣ ਦੀ ਲੋੜ ਨਹੀਂ। ਜਿਵੇਂ ਮੱਛੀ ਪਾਣੀ ਤੋਂ ਬਾਹਰ ਨਿਕਲੀ ਤਾਂ ਉਹਦੀ ਮੌਤ ਹੈ, ਅਤੇ ਸਿੱਖ ਬਾਣੀ ਤੋਂ ਦੂਰ ਹੋ ਗਿਆ, ਸਿੱਖ ਦੀ ਮੌਤ ਹੈ, ਸਿੱਖੀ ਦੀ ਮੌਤ ਹੈ। ਸਿੱਖ ਰਹਿ ਜਾਣਗੇ ਤਾਂ ਕਿੰਨਾ ਕੁ ਚਿਰ ਰਹਿਣਗੇ? ਸਰੂਪ ਕਿੰਨਾ ਕੁ ਚਿਰ ਰਹੇਗਾ? ਅਸੀਂ ਸਰੂਪ ਦੀ ਗੱਲ ਕਰਦੇ ਹਾਂ, ਮੈਂ ਇੱਕ ਇੱਥੇ ਵੀ ਇੱਕ ਮੈਂ ਖੁੱਲ੍ਹ ਕੇ ਗੱਲ ਕਰ ਸਕਦਾ, ਮੈਂ ਆਪਣੇ ਵਿਸ਼ੇ ਵੱਲ ਆਵਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ। ਅੱਜ ਬਹੁਤ ਵਾਰੀ ਨਾ ਅਸੀਂ ਬਾਣੀ ਅਤੇ ਬਾਣੇ ਦੀ ਗੱਲ ਕਰਦੇ ਹਾਂ, ਅਤੇ ਅੱਜ ਬਾਣੀ ਤਾਂ ਹੈ ਨਹੀਂ, ਅਤੇ ਬਾਣਾ ਬਹੁਤ ਪ੍ਰਚਲਿਤ ਹੋ ਗਿਆ, ਔਰ ਜਿੰਨੇ ਵੀ ਤੁਹਾਨੂੰ ਬਾਣੇ ਵਾਲੇ ਮਿਲਣਗੇ ਨਾ, ਮੈਂ ਇਹ ਹੱਡ ਬੀਤੀ ਦੱਸ ਸਕਦਾ, ਮੈਂ ਕਈਆਂ ਨਾਲ ਗੱਲ ਉਹਨਾਂ ਨੂੰ ਕਰਦਾ ਵੀ ਤੁਸੀਂ ਕਦੇ ਪਾਠ ਕੀਤਾ, ਸਹਿਜ ਪਾਠ ਕੀਤਾ ਹੈ ਕੋਈ ਬਾਣੀ ਪੜ? ਨਹੀਂ, ਬਾਣੀ ਨਹੀਂ ਆਉਂਦੀ ਜੀ ਸਾਨੂੰ, ਸਿਰਫ ਬਾਣਾ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਾ ਵਿਰੋਧ ਹੈ, ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਬਾਣੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਨੂੰ ਪ੍ਰਵਾਨ ਨਹੀਂ ਕਰਦੇ, ਬਾਣੀ ਨੂੰ ਪ੍ਰਵਾਨ ਤਾਂ ਕਰਦੇ ਨੇ,
ਸਿਧਾਂਤ ਨੂੰ ਵਿਚਾਰਧਾਰਾ ਨੂੰ ਪ੍ਰਵਾਨ ਕਰਦੇ ਨੇ, ਪਰ ਅਸੀਂ ਬਾਣੀ ਛੱਡ ਦਿੱਤੀ ਅਤੇ ਬਾਣੇ ਵਾਲੇ ਪਾਸੇ ਤੁਰ ਪਏ। ਜਦਕਿ ਬਾਣੀ ਪਹਿਲਾਂ ਜਦੋਂ ਬਾਣੀ ਆ ਗਈ ਤਾਂ ਬਾਣਾ ਆਪਣੇ ਆਪ ਹੀ ਆ ਜਾਏਗਾ। ਜਿਸ ਦਿਨ ਬਾਣੀ ਦਾ ਸਰੂਪ ਬਾਣੀ ਦੀ ਵਿਚਾਰ ਸਾਡੇ ਕੋਲ ਹੋਏਗੀ ਅਤੇ ਸਰੂਪ ਆਪਣੇ ਆਪ ਆਏਗਾ। ਅੱਜ ਸਰੂਪ 'ਤੇ ਜ਼ੋਰ ਦੇਣ ਦੀ ਲੋੜ ਨਹੀਂ ਹੈ। ਅਸੀਂ ਇਸ ਗੱਲ ਤੋਂ ਦੁਖੀ ਹੁੰਦੇ ਹਾਂ ਵੀ ਸਾਡੇ ਬੱਚੇ ਸਰੂਪ ਦਾੜੀ ਕਤਲ ਕੇਸ ਕਤਲ ਕਰਵਾ ਰਹੇ ਨੇ, ਇੱਦਾਂ ਹੋ ਰਿਹਾ, ਇੱਦਾਂ ਹੋ ਰਿਹਾ, ਕਿਉਂਕਿ ਅਸੀਂ ਬਾਣੀ ਨਹੀਂ ਪੜ੍ਹਾ ਰਹੇ, ਬਾਣੀ ਨਹੀਂ ਪੜ੍ਹਾ ਰਹੇ, ਨਸ਼ਿਆਂ ਵਾਲੇ ਪਾਸੇ ਜਾ ਰਹੇ ਨੇ, ਬੱਚੇ ਗੁੰਮਰਾਹ ਹੋ ਰਹੇ ਨੇ, ਸਾਡਾ ਸਮਾਜ ਇੱਦਾਂ ਹੋ ਰਿਹਾ। ਬੜਾ ਚਿੰਤਨ ਕਰਦੇ ਹਾਂ, ਬਾਣੀ ਅਸੀਂ ਨਹੀਂ ਪੜ੍ਹਾ ਰਹੇ, ਬਾਣੀ ਅਸੀਂ ਨਹੀਂ ਪੜ੍ਹ ਰਹੇ, ਅਤੇ ਕਿੱਦਾਂ ਗੱਲ ਬਣੇਗੀ। ਇਸ ਕਰਕੇ ਆਓ ਆਪਾਂ ਇਹਨੂੰ ਵਿਚਾਰਨ ਦਾ ਯਤਨ ਕਰੀਏ, ਚਿੰਤਨ ਕਰੀਏ, ਅਤੇ ਕੇਵਲ ਚਿੰਤਨ ਕਰਨ ਨਾਲ ਗੱਲ ਨਹੀਂ ਬਣਨੀ, ਉਹਨੂੰ ਅਮਲ ਵਿੱਚ ਲੈ ਕੇ ਵੀ ਆਉਣਾ, ਉਹਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਵੀ ਲੈ ਕੇ ਆਉਣਾ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਬਾਣੀ ਕੀ ਹੈ, ਬਾਣੀ ਕਿਉਂ ਪੜ੍ਹਨੀ ਹੈ, ਅਗਲਾ ਸਵਾਲ ਹੈ ਕਿਵੇਂ ਪੜ੍ਹਨੀ ਹੈ, ਪਹਿਲਾਂ ਤਾਂ ਕਿਉਂ ਪੜ੍ਹਨੀ ਹੈ, ਸਵਾਲ ਹੈ ਮੇਰੇ ਵਾਸਤੇ। ਔਰ ਜਦੋਂ ਅਸੀਂ ਇਹ ਮੇਰਾ ਸਵਾਲ ਨਹੀਂ ਤੁਹਾਡਾ ਨਹੀਂ, ਸਾਰਿਆਂ ਦਾ ਸਵਾਲ ਹੈ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ, ਕਿਉਂਕਿ ਅੱਜ ਅਸੀਂ ਕਿਸੇ ਹੋਰ ਕਾਰਨ ਵੱਸ ਹੋ ਕੇ ਬਾਣੀ ਪੜ੍ਹਦੇ ਹਾਂ, ਉਹਦੇ ਪਿੱਛੇ ਰੀਜ਼ਨ ਕੁਝ ਹੋਰ ਬਣ ਗਏ ਨੇ, ਪਰ ਗੁਰੂ ਸਾਹਿਬ ਨੇ ਬਾਣੀ ਕਿਸੇ ਹੋਰ ਕੰਮ ਵਾਸਤੇ ਦਿੱਤੀ ਸੀ। ਜਦੋਂ ਆਪਾਂ ਗੁਰੂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਹਨ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕ ਸਮਝਦੇ ਨੇ ਕਿ ਸ਼ਾਇਦ, ਕਿਉਂਕਿ ਜਦੋਂ ਬਾਣੀ ਗਾਈ ਜਾਂਦੀ ਹੈ, ਬਾਣੀ ਰਾਗਾਂ ਦੇ ਵਿੱਚ ਹੈ ਔਰ ਕਾਵਿ ਰੂਪ ਦੇ ਵਿੱਚ ਸਤਿਗੁਰੂ ਨੇ ਗਾ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪਹਿਲੇ 13 ਪੰਨੇ ਹਨ ਉਹ ਰਾਗ ਰਹਿਤ ਬਾਣੀ ਹੈ, ਜਿਹਨੂੰ ਨਿਤਨੇਮ ਦਾ ਹਿੱਸਾ ਹੈ। ਉਸ ਤੋਂ ਬਾਅਦ ਬਾਅਦ ਵਿੱਚ 1352 ਤੋਂ ਸੋਲੋਕ ਸਹਿਜ ਕਿਰਤੀ ਤੋਂ ਲੈ ਕੇ ਅੱਗੇ ਉਹ ਵੀ ਰਾਗ ਰਹਿਤ ਬਾਣੀ ਹੈ, ਪਰ ਹੈ ਉਹ ਵੀ ਕਾਵਿ ਰੂਪ ਦੇ ਵਿੱਚ, ਰਾਗਾਂ ਦੇ ਵਿੱਚ, ਕਿਉਂਕਿ ਸਹਿਜ ਕਿਰਤ ਵੀ ਇੱਕ ਕਾਵਿ ਹੈ, ਸਵਈਏ ਵੀ ਕਾਵਿ ਰੂਪ ਵਿੱਚ ਹਨ, ਤਾਂ ਉਹ ਰਾਗ ਰਹਿਤ ਭਾਵੇਂ ਬਾਣੀ ਹੈ, ਪਰ ਜਦੋਂ ਇਸ ਬਾਣੀ ਨੂੰ ਗਾਇਆ ਜਾਂਦਾ ਹੈ ਤਾਂ ਉਹ ਸਾਡੇ ਵਾਸਤੇ ਇੱਕ ਗੀਤ ਹੀ ਬਣ ਜਾਂਦਾ ਹੈ, ਕਿਉਂਕਿ ਮਾਫ਼ ਕਰਨਾ, ਬਾਣੀ ਤਾਂ ਬ੍ਰਹਮ ਵਿਚਾਰ ਹੈ, ਪਰ ਜਦੋਂ ਇੱਕ ਕੰਨ ਰਸ ਬਣ ਜਾਏਗਾ, ਕੰਨ ਰਸ ਬਣ ਜਾਏਗਾ। ਅੱਜ ਬਹੁਤ ਵਾਰੀ ਸਾਡੇ ਨਾਲ ਕੀ ਹੋ ਰਿਹਾ ਹੈ ਕਿ ਅਸੀਂ ਬਾਣੀ ਸੁਣਨ ਨਹੀਂ ਜਾਂਦੇ, ਅਸੀਂ ਰਾਗੀ ਸੁਣਨ ਜਾਂਦੇ ਹਾਂ। ਅਸੀਂ ਜਦੋਂ ਪਿਆਸ ਲੱਗੀ ਹੋਵੇ ਅਤੇ ਆਪਾਂ ਕਿਤੇ ਵੇਖਿਆ ਵੀ ਪਾਣੀ ਸਟੀਲ ਦੇ ਗਲਾਸ ਵਿੱਚ ਮਿਲ ਰਿਹਾ, ਲੋਹੇ ਦਾ ਗਲਾਸ ਹੈ ਕਿ ਕੱਚ ਦਾ ਹੈ ਕਿ ਕਾਹਦਾ ਹੈ ਅਤੇ ਕਾਹਦਾ ਨਹੀਂ ਹੈ, ਪਿਆਸ ਲੱਗੀ ਹੈ ਅਤੇ ਅਸੀਂ ਪਾਣੀ ਜਿਹੜੇ ਬਰਤਨ ਵਿੱਚ ਮਿਲੇਗਾ, ਭੁੱਖ ਲੱਗੀ ਜਿਹੋ ਜੇ ਮਰਜ਼ੀ ਬਰਤਨ ਵਿੱਚ ਭੋਜਨ ਮਿਲੇਗਾ, ਅਸੀਂ ਸਾਨੂੰ ਤਾਂ ਭੋਜਨ ਨਾਲ ਮਤਲਬ ਹੋਣਾ ਚਾਹੀਦਾ, ਹੋਣਾ ਤਾਂ ਸਾਨੂੰ ਬਾਣੀ ਨਾਲ ਸਰੋਕਾਰ ਚਾਹੀਦਾ, ਪਰ ਜਿਵੇਂ ਸਰ ਕਹਿ ਰਹੇ ਸਨ, ਅਸੀਂ ਤਾਂ ਗੁਰਦੁਆਰੇ ਵੀ ਵੰਡ ਲਏ ਵੀ ਕਿਹੜੇ ਗੁਰਦੁਆਰੇ ਮੱਥਾ ਟੇਕਣਾ ਅਤੇ ਕਿਹੜੇ ਗੁਰਦੁਆਰੇ ਮੱਥਾ ਨਹੀਂ ਟੇਕਣਾ, ਸਾਡੀ ਹਾਲਤ ਇਹੋ ਜਿਹੀ ਬਣ ਗਈ। ਕਿੱਦਾਂ ਜਿਹੜੇ ਆਦਰਸ਼ਕ ਮਨੁੱਖ ਦੀ ਗੱਲ ਕਰ ਰਹੇ ਸਨ, ਗੁਰੂ ਪਾਤਸ਼ਾਹ ਦੀ ਬਾਣੀ ਇੱਕ ਆਦਰਸ਼ਕ ਮਨੁੱਖ ਦੀ ਘਾੜਤ ਘੜਦੀ ਹੈ, ਇੱਕ ਇਹੋ ਜਿਹਾ ਇਨਸਾਨ ਜਿਹੜਾ ਦੁਨੀਆਂ ਦੇ ਵਿੱਚ ਇੱਕ ਮਿਸਾਲ ਬਣ ਜਾਏ, ਇਹੋ ਜਿਹੇ ਮਨੁੱਖ ਦੀ ਗੱਲ ਗੁਰੂ ਸਾਹਿਬ ਜੀ ਬਾਣੀ ਵਿੱਚ ਕਰਦੇ ਨੇ। ਤੁਸੀਂ ਉਹ ਵਿਸ਼ੇ ਵੱਖ ਵੱਖ ਸੁਣ ਰਹੇ ਹੋ ਇਸ ਕੋਰਸ ਦੇ ਦੌਰਾਨ, ਪਰ ਉਹ ਕੇਵਲ ਕੰਨ ਰਸ ਕਰਕੇ ਜਾਂ ਕੇਵਲ ਬਾਣੀ ਨੂੰ ਇੱਦਾਂ ਜਿਵੇਂ ਅਸੀਂ ਅੱਜ ਕਰ ਰਹੇ ਹਾਂ ਜਾਂ ਅੱਜ ਸਾਡੇ ਸਮਾਜ ਵਿੱਚ ਕੀਤਾ ਜਾ ਰਿਹਾ ਹੈ, ਇਹ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਉਹ ਆਦਰਸ਼ਕ ਮਨੁੱਖ ਕਦੇ ਵੀ ਨਹੀਂ ਬਣ ਸਕੇਗਾ। ਉਹ ਗੱਲ ਜਿਹੜੀ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਹਨ, ਕਿਉਂਕਿ ਬਾਣੀ ਤਾਂ ਇੱਕ ਮਹਾਨ ਖਜ਼ਾਨਾ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹ ਤਾਂ ਰਤਨਾ ਦੇ ਨਾਲ, ਰਤਨ ਪਦਾਰਥ ਦੇ ਨਾਲ, ਉਹ ਜਿਹੜੀ ਇਹੋ ਜਿਹੇ ਵਿਚਾਰਾਂ ਦੇ ਨਾਲ ਮਾਨੋ ਗੁਰੂ ਪਾਤਸ਼ਾਹ ਕਹਿੰਦੇ ਨੇ ਸਾਗਰ ਭਰਿਆ ਪਿਆ। ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜ੍ਹਿਆ ਰਾਮ, ਇੱਥੇ ਉਹਨਾਂ ਨੂੰ ਪ੍ਰਾਪਤ ਹੋਵੇਗਾ ਜਿਹੜੇ ਬਾਣੀ ਦੇ ਨਾਲ ਜੁੜ ਜਾਣਗੇ, ਬਾਣੀ ਨਾਲ ਲੱਗ ਜਾਣਗੇ। ਔਰ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸਵਾਲ ਕੀਤਾ, ਪਹਿਲਾਂ ਤਾਂ ਆਪਾਂ ਨੂੰ ਵੇਖਣਾ ਬਾਣੀ ਕਿਉਂ ਪੜ੍ਹਨੀ ਹੈ, ਅਸੀਂ ਕਿਉਂ ਪੜ੍ਹਦੇ ਹਾਂ, ਸਾਡੀਆਂ ਮਨ ਦੀਆਂ ਕੁਝ ਭੁੱਖਾਂ ਹਨ, ਮਨ ਦੀਆਂ ਕੁਝ ਭੁੱਖਾਂ ਨੇ, ਉਹ ਭੁੱਖਾਂ ਇਹੋ ਜਿਹੀਆਂ ਨੇ, ਕੁਝ ਸਾਡੀਆਂ ਜ਼ਰੂਰਤਾਂ ਨੇ, ਕੁਝ ਲੋੜਾਂ ਹਨ, ਅਤੇ ਜਦੋਂ ਜ਼ਰੂਰਤਾਂ ਤੋਂ ਵੱਧ ਜਿਹੜਾ ਸਾਡੇ ਅੰਦਰ ਭੁੱਖ ਹੁੰਦੀ ਉਹ ਤ੍ਰਿਸ਼ਨਾ ਹੈ, ਅਸੀਂ ਆਪਣੀ ਤ੍ਰਿਸ਼ਨਾ ਦੇ ਪਿੱਛੇ, ਕਿਉਂਕਿ ਸਾਨੂੰ ਇੱਦਾਂ ਸਿਖਾ ਦਿੱਤਾ ਗਿਆ ਨਾ, ਇੱਦਾਂ ਸਾਡੇ ਵਿੱਚ ਇਹ ਗੱਲਾਂ ਪਾ ਦਿੱਤੀਆਂ ਗਈਆਂ ਵੀ ਪੁੱਤਰ ਦੀ ਦਾਤ ਪ੍ਰਾਪਤ ਕਰਨੀ ਹੈ ਅਤੇ ਆਹ ਸ਼ਬਦ ਪੜ੍ਹ ਲਓ, ਕਾਰੋਬਾਰ
ਦਾ ਵਾਧਾ ਚਾਹੀਦਾ ਅਤੇ ਆਹ ਸ਼ਬਦ ਪੜ੍ਹ ਲਓ, ਆਹ ਪੁੱਤਰ ਧੀ ਦਾ ਵਿਆਹ ਨਹੀਂ ਹੋ ਰਿਹਾ ਅਤੇ ਆਹ ਸ਼ਬਦ ਪੜ੍ਹ ਲਓ। ਆਮ ਤੌਰ 'ਤੇ ਜਿਹੜੀ ਗੱਲ ਸਤਿਗੁਰਾਂ ਨੇ ਬਾਣੀ ਵਿੱਚ ਕਹੀ ਔਰ ਗੁਰੂ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚ ਤੁਹਾਡੇ ਵਿੱਚੋਂ ਕਈ ਹੋਣਗੇ ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਸਹਿਜ ਪਾਠ ਕਰਦੇ ਹੋਣਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਣ ਬਾਣੀ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ। ਅਤੇ ਮੈਂ ਇੱਥੋਂ ਤੱਕ ਮੈਂ ਕਹਿ ਸਕਦਾ, ਭਾਵੇਂ ਮੈਂ ਇਹ ਤਾਂ ਆਪਾਂ ਦਾਅਵਾ ਨਹੀਂ ਕਰ ਸਕਦੇ ਵੀ ਆਪਾਂ ਸਾਰੇ ਧਰਮ ਗ੍ਰੰਥ ਦੁਨੀਆਂ ਦੇ ਪੜ੍ਹੇ ਨੇ, ਪਰ ਮੈਨੂੰ ਨਹੀਂ ਲੱਗਦਾ ਜਿੰਨੇ ਵੀ ਧਰਮ ਗ੍ਰੰਥ ਨੇ, ਜਿੰਨੇ ਵੀ ਦੁਨੀਆਂ ਵਿੱਚ ਭਾਵੇਂ ਵੇਦ ਸ਼ਾਸਤਰ ਹਨ, ਕੁਰਾਨ ਹੈ, ਭਾਵੇਂ ਉਹ ਬਾਈਬਲ ਹੈ, ਮੈਨੂੰ ਨਹੀਂ ਲੱਗਦਾ ਵੀ ਕਿਤੇ ਇਹ ਲਿਖਿਆ ਹੋਵੇ ਕਿਸੇ ਵਿੱਚ ਵੀ ਕਿਸੇ ਧਨ ਦੌਲਤ ਦੀ ਪ੍ਰਾਪਤੀ ਵਾਸਤੇ ਕੇਵਲ ਆਏ। ਹਾਂ, ਇਹ ਪੁਜਾਰੀਵਾਦ ਨੇ ਜ਼ਰੂਰ ਪ੍ਰਚਲਿਤ ਕੀਤਾ। ਮੈਂ ਬਹੁਤ ਵਾਰੀ ਕਹਿੰਦਾ ਪੁਜਾਰੀਵਾਦ ਜਿਹੜਾ ਹੈ ਉਹ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ, ਜਿਹੜਾ ਕੇਵਲ ਆਪਣੀ ਪੂਜਾ ਕਰਵਾਉਂਦਾ ਹੈ, ਜਿਹੜਾ ਆਪਣੀ ਭੁੱਖ ਦੀ ਖਾਤਰ ਆਪਣੀਆਂ ਉਹ ਇੱਦਾਂ ਕਹਿ ਲਈਏ ਵੀ ਆਪਣੀ ਤ੍ਰਿਸ਼ਨਾ ਦੇ ਵਾਸਤੇ ਉਹ ਦੁਨੀਆਂ ਨੂੰ ਗੁੰਮਰਾਹ ਕਰਦਾ ਹੈ। ਸਾਡੇ ਵਿੱਚ ਵੀ ਇਹ, ਉਹ ਹਿੰਦੂ ਧਰਮ ਦੇ ਵਿੱਚ ਵੀ ਹੋ ਸਕਦਾ ਹੈ, ਉਹ ਇੱਕ ਕਿਸੇ ਹਰੇਕ ਧਰਮ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ। ਅਤੇ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਜ਼ਰੂਰ ਪ੍ਰਚਲਿਤ ਕੀਤੀਆਂ ਨੇ, ਕੁਝ ਸ਼ਬਦ ਵਿੱਚੋਂ, ਕੁਝ ਮੰਤਰ ਵਿੱਚੋਂ ਕੱਢ ਲਏ ਅਲੱਗ ਜਾਂ ਆਪਣੇ ਕੋਲੋਂ ਬਣਾ ਲਏ ਵੀ ਆਹ ਕੰਮ ਕਰਨਾ ਹੈ ਅਤੇ ਇਹਨੂੰ ਇੱਦਾਂ ਰਟਨ ਕਰ, ਕਿਉਂਕਿ ਉਹ ਕਦੇ ਵੀ ਨਹੀਂ ਚਾਹੁੰਦਾ ਹੁੰਦਾ ਵੀ ਲੋਕ ਇਸ ਗੱਲ ਨੂੰ ਸਮਝ ਜਾਣ। ਕਿਉਂਕਿ ਜਿਸ ਦਿਨ ਸਮਝ ਗਏ, ਉਸ ਦਿਨ ਉਹਨਾਂ ਨੇ ਉਹਦੀ ਪੂਜਾ ਨਹੀਂ ਕਰਨੀ, ਉਹ ਸਿੱਧਾ ਰੱਬ ਨਾਲ ਜੁੜ ਜਾਣਗੇ। ਜਿਸ ਦਿਨ ਸਾਨੂੰ ਸਮਝ ਆ ਗਈ ਬਾਣੀ ਕੀ ਹੈ, ਜਿਸ ਦਿਨ ਸਾਨੂੰ ਸਮਝ ਆ ਗਈ ਉਹ ਜਿਹੜਾ ਗਿਆਨ ਹੈ ਉਹ ਕਿੰਨਾ ਮਹਾਨ ਹੈ, ਅਤੇ ਅਸੀਂ ਫਿਰ ਕਿਸੇ ਬੰਦੇ ਨਾਲ, ਜਿਨ੍ਹਾਂ ਨੇ ਆਪਣੇ ਨਾਲ ਜੋੜਨਾ ਹੈ, ਉਹ ਕਦੇ ਵੀ ਨਹੀਂ ਚਾਹਣਗੇ ਬਈ ਕੋਈ ਬੰਦਾ ਇਹਨੂੰ ਸਮਝ ਸਕੇ। ਪਰ ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਕੀਤੀ ਬਾਣੀ ਦੇ ਵਿੱਚ, ਉਹਨਾਂ ਨੇ ਆਖਿਆ ਵੀ ਬਾਣੀ ਇਹ ਤਾਂ ਤੁਹਾਨੂੰ ਦਿੱਤੀ ਹੈ ਤਾਂ ਕਿ ਤੁਸੀਂ ਇਹਨੂੰ ਪੜ੍ਹ ਕੇ ਅਤੇ ਇਹਦੇ ਵਿੱਚੋਂ ਗਿਆਨ ਪ੍ਰਾਪਤ ਕਰ ਸਕੋ। ਬਾਣੀ ਕਿਉਂ ਪੜ੍ਹਨੀ ਹੈ, ਜਿਹੜੀ ਮਨ ਦੀ ਸ਼ਾਂਤੀ ਦੀ ਗੱਲ ਸਰ ਕਰ ਰਹੇ ਸਨ ਨਾ, ਮੈਂ ਹੱਥ ਜੋੜ ਕੇ ਮਾਫ਼ੀ ਮੰਗਾਂ, ਅਤੇ ਕੇਵਲ ਬਾਣੀ ਪੜ੍ਹਨ ਨਾਲ ਮਨ ਦੀ ਸ਼ਾਂਤੀ ਨਹੀਂ ਆਉਣੀ, ਅਸੀਂ ਪੜ੍ਹ ਕੇ ਸ਼ਾਂਤੀ, ਜਿੰਨੀ ਦੇਰ ਆਪਾਂ ਸਮਝਦੇ ਨਹੀਂ ਹਾਂ ਨਾ, ਉਹਦੇ ਵਿੱਚੋਂ ਗਿਆਨ ਪ੍ਰਾਪਤ ਨਹੀਂ ਕਰਦੇ, ਉਹਦੇ ਵਿੱਚੋਂ ਸੋਝ ਪ੍ਰਾਪਤ ਨਹੀਂ ਕਰਦੇ, ਜਿੰਨੀ ਦੇਰ ਮਨ ਉਹਦੇ ਨਾਲ ਸਹਿਮਤ ਨਹੀਂ ਹੋਵੇਗਾ ਸਾਡਾ, ਉਨੀ ਦੇਰ ਮਨ ਸਾਡਾ ਸ਼ਾਂਤ ਨਹੀਂ ਹੋਵੇਗਾ। ਇਹੀ ਕਾਰਨ ਹੈ ਜਿਹੜਾ ਸਵਾਲ ਹੈ ਕਿ ਅਸੀਂ ਬਹੁਤ ਪੜ੍ਹਦੇ ਹਾਂ ਜੀ ਬਾਣੀ, ਅਸੀਂ ਗੁਰਦੁਆਰੇ ਜਾਂਦੇ ਹਾਂ, ਉਮਰਾਂ ਬਤੀਤ ਹੋ ਗਈਆਂ ਨੇ, ਪਰ ਸਾਡੇ ਜੀਵਨ ਵਿੱਚ ਬਦਲਾਅ ਨਹੀਂ ਆਇਆ ਕੋਈ। ਸਾਰੇ ਜਿਹੜੀ ਗੱਲ ਕਰ ਰਹੇ ਸਨ ਹੁਣੇ, ਬਦਲਾਓ ਇਹ ਸਵਾਲ ਤਾਂ ਹੈ, ਪੜ੍ਹੀ ਵੀ ਜਾ ਰਹੇ ਹਾਂ, ਸੁਣੀ ਵੀ ਜਾ ਰਹੇ ਹਾਂ, ਪਰ ਉਹਨੂੰ ਸਮਝਦੇ ਨਹੀਂ ਪਏ। ਜਦਕਿ ਗੁਰੂ ਸਾਹਿਬ ਜੀ ਨੇ ਇੱਕ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ, ਤੇਲ ਨਾ ਹੋਵੇ ਤਾਂ ਦੀਵਾ ਕਿਵੇਂ ਜਾਗੇਗਾ, ਪਾਵਰ ਨਹੀਂ ਆ ਰਹੀ ਤਾਂ ਲਾਈਟ ਕਿਵੇਂ, ਟਿਊਬਾਂ ਕਿਵੇਂ ਜਗਣਗੀਆਂ। ਇੱਕ ਜੇਕਰ ਆਪਣੇ ਕੋਲ ਲਾਈਟ ਹੈ, ਟਿਊਬ ਹੈ, ਪਰ ਇਹਦੇ ਇਹ ਚਾਨਣ ਦੇਵੇ, ਇਹਦੇ ਵਾਸਤੇ ਜ਼ਰੂਰੀ ਹੈ ਪਿੱਛੋਂ ਪਾਵਰ ਆਉਣੀ ਚਾਹੀਦੀ ਹੈ। ਦੀਵਾ ਵੀ ਹੋਵੇ ਸਾਡੇ ਕੋਲ, ਸਾਰਾ ਕੁਛ ਹੋਵੇ, ਪਰ ਦੀਵੇ ਵਿੱਚ ਤੇਲ ਹੀ ਨਹੀਂ ਹੈ, ਦੀਵੇ ਦੀ ਪਾਵਰ ਕੀ ਤੇਲ, ਅਤੇ ਬਿਨਾਂ ਤੇਲ ਤੋਂ ਦੀਵਾ ਜਗ ਨਹੀਂ ਸਕੇਗਾ। ਗੁਰੂ ਨਾਨਕ ਨੇ ਸਵਾਲ ਕੀਤਾ, ਔਰ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਨਾ, ਕੋਈ ਸ਼ਬਦ ਇਹੋ ਜਿਹਨੇ ਰਹਾਉ ਵਾਲੀ ਜਿਹੜੀ ਪੰਕਤੀ ਹੁੰਦੀ ਨੇ, ਸ਼ਬਦ ਦਾ ਕੇਂਦਰੀ ਭਾਵ ਉਸ ਰਹਾਉ ਵਾਲੀ ਪੰਕਤੀ ਵਿੱਚ ਹੁੰਦਾ ਹੈ। ਕੁਝ ਸ਼ਬਦਾਂ ਵਿੱਚ ਦੋ ਰਹਾਉ ਵਾਲੀਆਂ ਪੰਕਤੀਆਂ ਹੁੰਦੀਆਂ ਨੇ, ਉਹਨਾਂ ਸ਼ਬਦਾਂ ਦੇ ਵਿੱਚ ਤੁਸੀਂ ਧਿਆਨ ਨਾਲ ਪੜੋਗੇ, ਇੱਕ ਪੰਕਤੀ ਵਿੱਚ ਸਵਾਲ ਕੀਤਾ ਗਿਆ ਕੁਸ਼ਚਨ ਹੈ, ਦੂਜੀ ਪੰਕਤੀ ਵਿੱਚ ਆਨਸਰ ਦਿੱਤਾ ਗਿਆ ਹੈ। ਔਰ ਇਸ ਸ਼ਬਦ ਵਿੱਚ ਦੋ ਰਹਾਉ ਵਾਲੀਆਂ ਪੰਕਤੀ ਨੇ, ਇੱਕ ਵਿੱਚ ਸਵਾਲ ਹੈ ਬਿਨ ਤੇਲ ਦੀਵਾ ਕਿਉਂ ਜਲੇ, ਬਿਨਾਂ ਤੇਲ ਤੋਂ ਦੀਵਾ ਕਿਵੇਂ ਜਾਗੇਗਾ, ਅਤੇ ਫਿਰ ਕਹਿੰਦੇ ਨੇ ਕਿਵੇਂ ਹੋਵੇਗਾ ਇਹ ਕੰਮ, ਸਵਾਲ ਹੈ। ਫਿਰ ਉਹਦਾ ਅੱਗੇ ਜਵਾਬ ਵੀ ਆਪ ਦਿੰਦੇ ਨੇ ਗੁਰੂ ਸਾਹਿਬ ਜੀ, ਦੀਵਾ ਜਗਾਉਣ ਦਾ ਢੰਗ ਵੀ ਦੱਸਦੇ ਨੇ। ਕਹਿੰਦੇ ਨੇ ਪੋਥੀ ਪੁਰਾਣ ਕਮਾਈ ਹੈ, ਪੋਥੀ ਪੁਰਾਣ ਕਮਾਈ ਹੈ, ਪੜ੍ਹੀਏ ਨਹੀਂ ਆਖਿਆ, ਕਹਿਣ ਲੱਗੇ ਪੋਥੀਆਂ ਪੜ੍ਹ ਤੇ ਰਿਹਾ ਹੈ, ਤੂੰ ਬਹੁਤ ਜ਼ਿਆਦਾ ਪੜ੍ਹ ਰਿਹਾ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਹਰ ਬੰਦਾ ਆਪਣੇ ਧਰਮ ਦੇ ਗ੍ਰੰਥ ਪੜ੍ਹ ਰਿਹਾ ਹੈ, ਹਰ ਬੰਦਾ ਆਪਣੇ ਧਰਮ ਦੇ ਗ੍ਰੰਥ ਪੜ੍ਹ ਰਿਹਾ ਹੈ, ਉਹ ਇਹ ਪੜ੍ਹਨਾ ਵੀ ਚਾਹੀਦਾ, ਪੜ੍ਹਨ ਦੀ ਇਹ ਰੋਕਿਆ ਨਹੀਂ ਹੈ ਗੁਰੂ ਸਾਹਿਬ ਜੀ ਨੇ ਕਿਤੇ ਵੀ, ਕਿਉਂਕਿ ਪੜ੍ਹੇਗਾ ਨਹੀਂ ਤਾਂ ਕਮਾਵੇਗਾ ਕਿਵੇਂ, ਪਰ ਕੇਵਲ ਪੜ੍ਹਨ ਤੱਕ ਸੀਮਤ ਨਹੀਂ ਰੱਖਿਆ। ਕਹਿਣ ਲੱਗੇ ਇਹ ਜੇਕਰ ਚਾਨਣ ਕਰਨਾ ਹੈ, ਜੇਕਰ ਆਪਣੇ ਜੀਵਨ ਅੰਦਰ ਉਹ ਗਿਆਨ
ਦਾ ਉਹ ਪ੍ਰਾਪਤੀ ਕਰਨੀ ਹੈ, ਜੇਕਰ ਆਪਣੇ ਜੀਵਨ ਨੂੰ ਆਦਰਸ਼ ਬਣਾਉਣਾ ਹੈ ਤਾਂ ਜਿੱਥੇ ਕੇਵਲ ਪੜ੍ਹ ਰਹੇ ਸਨ ਨਾ ਉੱਥੇ ਕਹਿ ਦਿੱਤਾ ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਭਗਤ ਕਬੀਰ ਜੀ ਨੇ ਬੜਾ ਪਿਆਰਾ ਬੜਾ ਖੂਬਸੂਰਤ ਇੱਕ ਸ਼ਬਦ ਕਿਹਾ, ਉਹ ਕਹਿਣ ਲੱਗੇ ਵੀ ਮੈਂ ਹੈਰਾਨ ਹੋਇਆ, ਇੱਕ ਬੜਾ ਹੰਕਾਰੀ ਮਨੁੱਖ ਮਿਲਿਆ, ਉਹਨਾਂ ਨੂੰ ਹੰਕਾਰ ਕਰ ਰਿਹਾ ਸੀ, ਮੈਂ ਤਾਂ ਇੰਨਾ ਇੰਨਾ ਪੜ੍ਹਦਾ ਜੀ, ਇੰਨਾ ਪੜ੍ਹਦਾ। ਉਹ ਕਹਿੰਦੇ ਨੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਠੀਕ ਹੈ ਤੂੰ ਵੇਦ ਅਤੇ ਪੁਰਾਣ ਪੜ੍ਹੇ ਨੇ, ਚੰਗੀ ਗੱਲ ਹੈ, ਪੜ੍ਹਨੇ ਚਾਹੀਦੇ ਸਨ, ਔਰ ਭਗਤ ਕਬੀਰ ਨੇ ਆਖਿਆ ਪੜ੍ਹਨੇ ਚਾਹੀਦੇ ਨੇ। ਉਹ ਕਹਿੰਦੇ ਨੇ ਤੁਰਕ ਤਰੀਕਤ ਜਾਣੀਏ ਹਿੰਦੂ, ਵੇਦ ਪੁਰਾਣ ਮਨ ਸਮਝਾਉਣ ਕਾਰਨੇ ਕਸ਼ਵਕ ਪੜ੍ਹੀਏ ਗਿਆਨ। ਕਹਿੰਦੇ ਲੱਗੇ ਵੀ ਕੋਈ ਤੁਰਕ ਹੈ ਮੁਸਲਮਾਨ ਹੈ ਅਤੇ ਉਹਨੂੰ ਪਤਾ ਹੋਣਾ ਚਾਹੀਦਾ ਤਰੀਕਤ ਕੀ ਹੈ। ਚਾਰ ਦਰਜੇ ਹਨ ਮੁਸਲਮਾਨਾਂ ਦੇ ਵਿੱਚ, ਚਾਰ ਦਰਜੇ ਉਹਨਾਂ ਨੇ ਮੰਨੇ ਕਿ ਸ਼ਰੀਅਤ, ਹਕੀਕਤ, ਮਾਰਫਤ ਜਾਂ ਫਿਰ ਇਹ ਤਰੀਕਤ। ਤਰੀਕਤ ਉਹਨਾਂ ਵਿੱਚੋਂ ਇੱਕ ਕਿ ਮਨ ਨੂੰ ਸ਼ੁੱਧ ਕਰਨ ਦਾ, ਅੰਤਿਕਰਨ ਨੂੰ ਸ਼ੁੱਧ ਕਰਨ ਦਾ ਇੱਕ ਇਹ ਢੰਗ ਤਰੀਕਾ। ਕਹਿਣ ਲੱਗੇ ਜੇ ਤੂੰ ਮੁਸਲਮਾਨ ਹੈ ਤਾਂ ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਨੂੰ, ਆਪਣੇ ਮਨ ਦੀਆਂ ਵਿਚਾਰਾਂ ਨੂੰ ਸ਼ੁੱਧ ਕਰਨ ਦਾ ਢੰਗ ਕੀ ਹੈ। ਅਤੇ ਅੱਗੇ ਕਹਿਣ ਲੱਗੇ ਜੇ ਹਿੰਦੂ ਹੈ ਤਾਂ ਤੈਨੂੰ ਵੇਦ ਪੁਰਾਣਾਂ ਦਾ ਪਤਾ ਹੋਣਾ ਚਾਹੀਦਾ ਵੀ ਵੇਦਾਂ ਵਿੱਚ ਕੀ ਲਿਖਿਆ ਹੋਇਆ, ਉਹਨਾਂ ਦੀ ਵਿਚਾਰਧਾਰਾ ਕੀ ਹੈ। ਅਤੇ ਜੇਕਰ ਇਹ ਕਿਉਂ ਇਸ ਤਰ੍ਹਾਂ ਕਰਨਾ, ਕਹਿੰਦੇ ਨੇ ਮਨ ਸਮਝਾਉਣ ਕਰਨੇ। ਅਤੇ ਮੈਂ ਇਸ ਤੋਂ ਅੱਗੇ ਗੱਲ ਹੋਰ ਕਰਦਾ ਹੁੰਦਾ ਵੀ ਉਸ ਵੇਲੇ ਬਾਬਾ ਨਾਨਕ ਜੀ ਪਹਿਲਾਂ ਹੋ ਚੁੱਕੇ ਹੁੰਦੇ ਭਗਤ ਕਬੀਰ ਜੀ ਤੋਂ, ਅਤੇ ਉਹਨਾਂ ਨੇ ਸਿੱਖ ਨੂੰ ਵੀ ਕਹਿਣਾ ਸੀ ਵੀ ਜਿੱਤ, ਕਿਉਂਕਿ ਸਾਡੇ 'ਤੇ ਵੀ ਉਹਨੀ ਢੁੱਕਦੀ ਵੀ ਜੇ ਸਿੱਖ ਹੈ ਤਾਂ ਤੈਨੂੰ ਸ਼ਬਦ, ਤੈਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਚਾਹੀਦਾ ਕਿ ਨਹੀਂ ਪੜ੍ਹਨਾ ਚਾਹੀਦਾ, ਪੜ੍ਹਨਾ ਚਾਹੀਦਾ, ਇਹੀ ਕਹਿਣਾ ਸੀ ਨਾ ਉਹਨਾਂ ਨੇ। ਪਰ ਅੱਜ ਆਪਾਂ ਵੇਖੀਏ ਵੀ ਕਿੰਨੇ ਕੁ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋਣ। ਜਿਹੜੀ ਗੱਲ ਸਰ ਕਰ ਰਹੇ ਸਨ ਬੜੀ ਇਹ ਮੈਨੂੰ ਮਤਲਬ ਹਲੂਣ ਕੇ ਇਸ ਗੱਲ ਨੇ ਰੱਖ ਦਿੱਤਾ ਵੀ ਅਸੀਂ ਬਾਣੀ ਪੜ੍ਹਨ ਨੂੰ ਪਾਪ ਮੰਨੀ ਬੈਠੇ ਹਾਂ ਅਤੇ ਸੰਸਕਾਰ ਕਰਨ ਨੂੰ ਪੁੰਨ, ਉਹਨੂੰ ਬੜਾ ਵੱਡੀ ਸੇਵਾ ਮੰਨੀ ਬੈਠੇ ਹਾਂ। ਜਦਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਕੀ ਸੇਵਾ ਸ਼ਬਦ ਵਿਚਾਰ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਦੀ ਸੇਵਾ ਸੀ ਸ਼ਬਦ ਦੀ ਵਿਚਾਰ ਕਰਨੀ, ਨਾ ਕਿ ਜਿਹੜੀ ਸੇਵਾ ਵੱਲ ਅਸੀਂ ਤੁਰ ਪਏ ਹਾਂ। ਸ਼ਬਦ ਦੀ ਵਿਚਾਰ ਅੱਜ ਬਹੁਤ ਘੱਟ ਹੈ, ਨਾ ਮਾਤਰ ਹੈ, ਅਤੇ ਅਸੀਂ ਹੋਰ ਹੋਰ ਕੰਮ 'ਤੇ ਬਹੁਤ ਜ਼ਿਆਦਾ ਕਰੀ ਜਾ ਰਹੇ ਹਾਂ। ਮੈਂ ਕਹਿ ਰਿਹਾ ਸਾਂ ਭਗਤ ਕਬੀਰ ਕਹਿਣ ਲੱਗੇ ਵੀ ਪੜ੍ਹਨੇ ਚਾਹੀਦੇ ਸਨ ਪਰ ਮਨ ਸਮਝਾਉਣ ਕਾਰਨ ਹੈ, ਪੜ੍ਹਨੇ ਚਾਹੀਦੇ ਸਨ। ਸਿੱਖ ਹੈ ਤੈਨੂੰ ਬਾਣੀ ਪੜ੍ਹਨੀ ਚਾਹੀਦੀ, ਹਿੰਦੂ ਹੈ ਤੈਨੂੰ ਵੇਦ ਪੁਰਾਣ ਪੜ੍ਹਨੇ ਚਾਹੀਦੇ ਨੇ, ਉਹਨਾਂ ਦਾ ਜੋ ਗਿਆਨ ਹੈ ਤੈਨੂੰ ਲੈਣਾ ਚਾਹੀਦਾ। ਜੇਕਰ ਤੂੰ ਜਿਹੜੇ ਵੀ ਧਰਮ ਤੋਂ ਬਿਲੋਂਗ ਕਰਦਾ ਹੈ ਤੂੰ, ਉਹ ਤੈਨੂੰ ਆਪਣਾ ਗ੍ਰੰਥ ਪੜ੍ਹਨਾ ਚਾਹੀਦਾ ਤਾਂ ਕਿ ਤੈਨੂੰ ਆਪਣੇ ਧਰਮ ਦੇ ਬਾਰੇ ਜਾਣਕਾਰੀ ਹੋਵੇ, ਤੈਨੂੰ ਆਪਣੇ ਸਿਧਾਂਤਾਂ ਦੇ ਬਾਰੇ ਜਾਣਕਾਰੀ ਹੋਵੇ। ਇੱਦਾਂ ਹੀ ਜਦੋਂ ਕੇਵਲ ਉਹ ਪੜ੍ਹ ਰਿਹਾ ਸੀ ਅਤੇ ਕਹਿਣ ਲੱਗੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਕਹਿਣ ਲੱਗੇ ਕਿਸੇ ਖੋਤੇ ਉੱਤੇ ਚੰਦਨ ਲਾ ਦਿੱਤਾ ਜਾਵੇ ਉਹਦੇ ਵਾਸਤੇ ਤਾਂ ਭਾਰ ਹੀ ਹੈ ਨਾ। ਕਿੰਨੀ ਖੂਬਸੂਰਤ ਗੱਲ ਕਹੀ, ਉਹ ਹੰਕਾਰ ਕਰ ਰਿਹਾ ਸੀ ਅਤੇ ਜਦੋਂ ਗਿਆਨ ਦਾ ਹੰਕਾਰ ਹੋ ਜਾਵੇ ਤਾਂ ਸਮਝ ਲਓ ਵੀ ਉਹ ਭਾਰ ਲੱਦ ਲਿਆ। ਇਹ ਮੈਂ ਨਹੀਂ ਕਹਿ ਰਿਹਾ, ਕਬੀਰ ਜੀ ਕਹਿ ਰਹੇ ਨੇ। ਕਹਿਣ ਲੱਗੇ ਖਰ ਚੰਦਨ ਜਸ ਪਾਰਾ, ਕਿਉਂਕਿ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ। ਤੂੰ ਤਾਂ ਉਹ ਪਰਮਾਤਮਾ ਦੀ ਉਸ ਗਤੀ ਨੂੰ, ਉਸ ਅਵਸਥਾ ਨੂੰ, ਪਰਮਾਤਮਾ ਦਾ ਜੋ ਉਹ ਸਰੂਪ, ਉਹਨੂੰ ਤਾਂ ਜਾਣਿਆ ਹੀ ਕੋਈ ਨਹੀਂ, ਪੜ੍ਹੀ ਗਿਆ। ਇਸ ਕਰਕੇ ਕੇਵਲ ਪੜ੍ਹਨ ਨਾਲ ਨਹੀਂ, ਇਸ ਤਾਂ ਬਾਬਾ ਨਾਨਕ ਜੀ ਨੇ ਗੱਲ ਕਹੀ, ਕਹਿਣ ਲੱਗੇ ਵੀ ਪੋਥੀ ਪੁਰਾਣ ਕਮਾਈਏ, ਉਹਨੂੰ ਕਮਾਈਏ ਆਪਣੇ ਜੀਵਨ ਦੇ ਵਿੱਚ, ਉਹਨੂੰ ਜੋ ਉਹਦੇ ਵਿੱਚੋਂ ਸਿੱਖਿਆ ਮਿਲ ਰਹੀ ਹੈ। ਹੁਣ ਆਪਾਂ ਵੇਖਣਾ ਹੈ ਬਾਣੀ ਕਿਉਂ ਪੜ੍ਹਨੀ ਹੈ ਤਾਂ ਕਿ ਉਹਦੇ ਵਿੱਚੋਂ ਉਹ ਗਿਆਨ ਪ੍ਰਾਪਤ ਕੀਤਾ ਜਾ ਸਕੇ, ਉਹਦੇ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ ਜਾ ਸਕੇ ਅਤੇ ਉਹਨੂੰ ਆਪਣੇ ਅਮਲ ਦੇ ਵਿੱਚ ਲੈ ਕੇ ਆਇਆ ਜਾ ਸਕੇ, ਉਹਨੂੰ ਕਮਾਇਆ ਜਾ ਸਕੇ। ਬਾਣੀ ਕੇਵਲ ਪੜ੍ਹਨ ਵਾਸਤੇ ਨਹੀਂ, ਪੜ੍ਹਨੀ ਤਾਂ ਹੈ ਹੀ, ਪਰ ਉਸ ਤੋਂ ਅੱਗੇ ਕਮਾਉਣ ਦੀ ਗੱਲ ਕੀਤੀ ਗਈ ਸੀ ਇਹਦੇ ਵਿੱਚ। ਪਰ ਸਾਡੀ ਅੱਜ ਵਿਡੰਬਣਾ ਇਹ ਹੈ, ਸਾਡੀ ਬਦਕਿਸਮਤੀ ਇਹ ਹੈ, ਮੈਂ ਸਮਝਦਾ ਕਿ ਇਹਦੇ ਨਾਲੋਂ ਵੱਡਾ ਕੋਈ ਬਦਕਿਸਮਤ ਨਹੀਂ ਹੋ ਸਕੇਗਾ ਵੀ ਨਾ ਤਾਂ ਅਸੀਂ ਪੜ੍ਹ ਰਹੇ ਹਾਂ, ਕਮਾਉਣ ਦੀ ਗੱਲ ਤਾਂ ਬੜੀ ਦੂਰ ਦੇ, ਅਸੀਂ ਤਾਂ ਪੜ੍ਹਾ ਰਹੇ ਹਾਂ, ਅਸੀਂ ਤਾਂ ਪੜ੍ਹਾ ਰਹੇ ਹਾਂ ਸੇਲ 'ਤੇ ਵੀ ਇੱਥੇ ਪਾਠ ਕਰਾਉਣਾ ਹੈ ਅਤੇ ਇੰਨੇ ਹਜ਼ਾਰ ਲੱਗਣਗੇ, ਉੱਥੇ ਕਰਾਉਣਾ ਤਾਂ ਇੰਨੇ ਹਜ਼ਾਰ, ਉਹ ਤੁਸੀਂ ਗੁਰਦੁਆਰਿਆਂ ਵਿੱਚ ਜਾਓ ਨਾ। ਇਹ ਟੋਟਲੀ
ਟੋਟਲੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹੈ। ਜਿਹੜੇ ਲਿਸਟਾਂ ਲੱਗੀਆਂ ਹੋਈਆਂ ਨੇ ਨਾ ਵੀ ਅਖੰਡ ਪਾਠ ਦੀ ਇੰਨੀ ਭੇਟਾ, ਸਹਿਜ ਪਾਠ ਦੀ ਇੰਨੀ ਭੇਟਾ, ਆ ਵੱਡੇ ਗੁਰਦੁਆਰਿਆਂ ਵਿੱਚ ਜਾਈਏ ਵੀ ਇੰਨਾ ਇਹਨਾਂ ਤਰੀਕਾਂ ਵਿੱਚ ਕਰਾਉਣਾ ਤਾਂ ਇੰਨੀ ਭੇਟਾ, ਜੇ ਉਹਨਾਂ ਡੇਟਾਂ ਵਿੱਚ ਕਰਾਉਣਾ ਤਾਂ ਇੰਨੀ ਭੇਟਾ। ਇਹ ਪੂਰਾ ਵਪਾਰ ਹੈ, ਧੰਦਾ ਹੈ ਧਰਮ ਦੇ ਨਾਮ 'ਤੇ, ਧਰਮ ਨਹੀਂ ਹੈ। ਧਰਮ ਧੰਦਾ ਨਹੀਂ ਹੋਇਆ ਕਰਦਾ, ਧਰਮ 'ਤੇ ਜੀਵਨ ਜਾਂਚ ਹੋਇਆ ਕਰਦਾ ਹੈ। ਧਰਮ 'ਤੇ ਇੱਕ ਵਧੀਆ ਮਨੁੱਖ ਦੀ ਘਾੜਤ ਘੜਦਾ ਹੈ, ਪਰ ਜਦੋਂ ਧਰਮ ਧੰਦਾ ਬਣ ਜਾਏ ਨਾ, ਕਿਸੇ ਵੀ ਧਰਮ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਸੌਦੇਬਾਜ਼ੀ ਹੋਣ ਲੱਗ ਜਾਏ ਤਾਂ ਉਹ ਨਿਗਾਰ ਵਾਲੇ, ਉਹ ਸਮਾਜ ਅਤੇ ਉਹ ਧਰਮ ਨਿਗਾਰ ਵਾਲੇ ਪਾਸੇ ਚਲਾ ਜਾਂਦਾ ਹੈ। ਔਰ ਇਹ ਨਿਗਾਰ ਵਾਲੇ ਪਾਸੇ ਲੈ ਕੇ ਜਾਣ ਵਾਲਾ ਜਿਹੜਾ ਵਿੱਚ ਬੈਠਾ ਉਹ ਵਪਾਰੀ ਹੈ, ਪੁਜਾਰੀ ਹੈ, ਕੋਈ ਵੀ ਕਿਸੇ ਵੀ ਰੂਪ ਦੇ ਵਿੱਚ, ਭਾਵੇਂ ਪ੍ਰਬੰਧਕ ਦੇ ਰੂਪ ਦੇ ਵਿੱਚ ਬੈਠਾ ਹੈ, ਭਾਵੇਂ ਉਹ ਕਿਸੇ ਧਾਰਮਿਕ ਆਗੂ ਦੇ ਰੂਪ ਦੇ ਵਿੱਚ ਬੈਠਾ, ਭਾਵੇਂ ਕਿਸੇ ਵੀ ਰੂਪ ਦੇ ਵਿੱਚ ਬੈਠਾ ਹੈ, ਸਮਾਜ ਨੂੰ ਨਿਗਾਰ ਵਾਲੇ ਪਾਸੇ ਲੈ ਕੇ ਜਾਣ ਦਾ ਬਹੁਤ ਵੱਡਾ ਕਾਰਨ ਬਣਦੇ ਨੇ। ਅੱਜ ਜੇਕਰ ਅਸੀਂ ਚਿੰਤਨ ਕਰਦੇ ਹਾਂ ਨਾ ਆਪਣੇ ਇਹ ਸਾਡੇ ਜੋ ਸਾਡੇ ਦੇਸ਼ ਦੇ ਹਾਲਾਤ ਨੇ, ਜੇਕਰ ਆਪਾਂ ਨੂੰ ਧਿਆਨ ਨਾਲ ਵੇਖਣ ਦਾ ਯਤਨ ਕਰੀਏ, ਇਹਦੇ ਪਿੱਛੇ ਬਹੁਤ ਵੱਡੇ ਇਹ ਕਾਰਨ ਤੁਹਾਨੂੰ ਨਜ਼ਰ ਆਉਣਗੇ। ਸਾਡਾ ਇਹ ਨਿਗਾਰ ਜੋ ਸਾਰੇ ਪਾਸੇ ਭ੍ਰਿਸ਼ਟਾਚਾਰ ਹੈ, ਸਾਰੇ ਪਾਸੇ ਵਿਕਾਰ ਹਨ, ਬੰਦੇ ਨੂੰ ਬੰਦਾ ਮਾਰਨ 'ਤੇ ਤੁਲਿਆ ਹੋਇਆ ਹੈ, ਜੋ ਈਰਖਾ ਨਫ਼ਰਤ ਜੋ ਸਾਡੇ ਵਿੱਚ ਹੈ, ਉਹਦੇ ਪਿੱਛੇ ਕਾਰਨ ਇਹ ਹੈ ਅਸੀਂ ਧਰਮ ਨੂੰ ਵਪਾਰ ਬਣਾ ਦਿੱਤਾ, ਧਰਮ ਗ੍ਰੰਥਾਂ ਨੂੰ ਉਹਦਾ ਅਧਿਐਨ ਨਹੀਂ ਕੀਤਾ, ਸਾਡੇ ਲੋਕਾਂ ਨੇ ਸਮਝਣ ਦਾ ਯਤਨ ਨਹੀਂ ਕੀਤਾ। ਇਹ ਬਹੁਤ ਵੱਡਾ ਇੱਕ ਕਾਰਨ ਹੈ ਸਾਡੇ ਵਿੱਚ, ਜਿਹਨੂੰ ਅਸੀਂ ਅੱਜ ਆਪਾਂ ਸਮਝ ਘੱਟੋ ਘੱਟ ਆਪਾਂ ਸਮਝ ਲਈਏ ਅਤੇ ਅੱਗੇ ਸਮਝਾ ਸਕੀਏ ਕਿਸੇ ਨੂੰ। ਇੱਥੇ ਇਹ ਕਾਰਨ ਹੀ ਇਹ ਜਿਹੜਾ ਇੱਥੋਂ ਆ ਕੋਰਸ ਦਾ ਮੰਤਵ ਵੀ ਇਹ ਹੈ। ਹੁਣ ਸਤਿਗੁਰਾਂ ਨੇ ਆਖਿਆ ਵੀ ਪੋਥੀ ਪੁਰਾਣ ਕਮਾਈਏ, ਭਉ ਵੱਟੀ ਇੱਤ ਤਨ ਪਾਈਏ, ਸੱਚ ਬੁੱਝਣ ਆਣ ਜਲਾਈਏ। ਸੱਚ ਨੂੰ ਬੁੱਝਣਾ ਇਹ ਹੈ ਦੀਵੇ ਦਾ ਜਗਾਉਣਾ। ਆਖਿਆ ਸੀ ਨਾ ਦੀਵਾ ਕਿਵੇਂ ਜਗੇ, ਇਹਦਾ ਮਤਲਬ ਇਹ ਹੋਇਆ ਵੀ ਸੱਚ ਨੂੰ ਜੇਕਰ ਨਹੀਂ ਬੁੱਝਿਆ, ਬੁੱਝਣ ਦਾ ਅਰਥ ਕੀ ਹੁੰਦਾ ਸਮਝਣਾ, ਬੁਝਾਰਤ ਪਾਈ ਜਾਂਦੀ ਸੀ ਨਾ, ਬੁਝਾਰਤ ਪਾਉਂਦੇ ਹਾਂ ਅਤੇ ਕਹਿੰਦੇ ਹਾਂ ਬੁੱਝੋ, ਉਹਦਾ ਮਤਲਬ ਹੁੰਦਾ ਸਮਝੋ, ਅਤੇ ਬੁੱਝਣ ਦਾ ਹੁੰਦਾ ਸਮਝਣਾ। ਕਹਿਣ ਲੱਗੇ ਸੱਚ ਬੁੱਝਣ, ਪੋਥੀ ਪੁਰਾਣ ਭਾਵ ਜੋ ਧਰਮ ਗ੍ਰੰਥਾਂ ਦੇ ਵਿੱਚ ਸੱਚ ਛੁਪਿਆ ਪਿਆ ਹੈ, ਇਹਦੇ ਵਿੱਚ ਸੱਚ ਦੀ ਵਿਚਾਰ ਪਈ ਹੋਈ ਹੈ। ਕਿਉਂ ਪੜ੍ਹਨੀ ਹੈ ਬਾਣੀ, ਕਿਉਂ ਪੜ੍ਹਨੇ ਨੇ ਧਰਮ ਗ੍ਰੰਥ, ਤਾਂ ਕਿ ਸੱਚ ਬੁੱਝ ਲਈਏ, ਸੱਚ ਦੀ ਸਮਝ ਆ ਸਕੇ। ਜਦੋਂ ਸੱਚ ਬੁੱਝ ਲਵਾਂਗੇ ਤਾਂ ਫਿਰ ਸਮਝੋ ਦੀਵਾ ਜਗ ਗਿਆ। ਅਤੇ ਕਹਿਣ ਲੱਗੇ ਸੱਚ ਬੁੱਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ। ਆਹ ਚਾਨਣ ਕਰ ਆਪਣੇ ਜੀਵਨ ਦੇ ਵਿੱਚ, ਤਾਂ ਤੈਨੂੰ ਸਾਹਿਬ ਮਿਲੇਗਾ, ਤਾਂ ਤੈਨੂੰ ਮਾਲਕ ਮਿਲੇਗਾ, ਤਾਂ ਤੈਨੂੰ ਉਹ ਅਕਾਲ ਪੁਰਖ ਮਿਲੇਗਾ। ਕਿਉਂਕਿ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੇ ਸੂਰ ਨਾ ਜਾਪੇ ਚੰਦ, ਜਹਾਂ ਗਿਆਨ ਪ੍ਰਗਾਸ਼ ਅਗਿਆਨ ਮਿਟੰਤ। ਜਦੋਂ ਸੂਰਜ ਚੜ੍ਹਦਾ ਹੈ ਅਤੇ ਚੰਦਰਮੇ ਦੀ ਰੋਸ਼ਨੀ ਘੱਟ ਜਾਂਦੀ ਹੈ, ਤਾਰੇ ਉਦੋਂ ਉਹਨਾਂ ਉਹ ਨਜ਼ਰ ਨਹੀਂ ਆਉਂਦੇ ਜਦੋਂ ਸੂਰਜ ਚੜ੍ਹ ਪੈਂਦਾ ਹੈ। ਕਹਿਣ ਲੱਗੇ ਇੱਦਾਂ ਜਿਹੜੇ ਸਾਡੇ ਜੀਵਨ ਵਿੱਚ ਵਹਿਮਾਂ ਭਰਮਾਂ ਦੇ, ਅਗਿਆਨਤਾ ਦੇ ਜਿੰਨੇ ਵੀ ਤਾਰੇ ਟਿਮ ਟਮਾ ਰਹੇ ਨੇ, ਚਮਕ ਰਹੇ ਨੇ, ਇਹਦੇ ਪਿੱਛੇ ਕਾਰਨ ਇਹ ਕਿ ਸਾਡੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ। ਔਰ ਬਾਣੀ ਗਿਆਨ ਦਾ ਬਹੁਤ ਜ਼ਿਆਦਾ, ਸਤਿਗੁਰੂ ਗਿਆਨ ਦੀ ਗੱਲ ਕਰਦੇ ਨੇ, ਉਹਨਾਂ 'ਤੇ ਗੱਲ ਹੀ ਮੁਕਾ ਦਿੱਤੀ ਵੀ ਕਬੀਰ ਜਹਾਂ ਗਿਆਨ ਤਾਂ ਧਰਮ ਹੈ। ਅੱਜ ਸਾਨੂੰ ਗਿਆਨ ਲੈਣ ਤੋਂ ਰੋਕਿਆ ਜਾਂਦਾ ਹੈ, ਸਾਨੂੰ ਕਿਹਾ ਜਾਂਦਾ ਵੀ ਬਾਣੀ ਪੜ੍ਹਨ ਤੋਂ ਵੀ ਰੋਕਿਆ ਜਾ ਰਿਹਾ, ਕਿਉਂਕਿ ਇਹੋ ਜਿਹੀਆਂ ਕਹਾਣੀਆਂ ਘੜ ਦਿੱਤੀਆਂ ਗਈਆਂ, ਇਹੋ ਜਿਹੇ ਭਰਮ ਪ੍ਰਚਲਿਤ ਕਰ ਦਿੱਤੇ ਗਏ ਵੀ ਆਹ ਬਾਣੀ ਇੱਦਾਂ ਨਹੀਂ ਪੜ੍ਹਨੀ, ਆ ਬਾਣੀ ਇੱਦਾਂ ਨਹੀਂ ਪੜ੍ਹਨੀ, ਬੜੇ ਸਾਡੇ ਵਿੱਚ ਵਹਿਮ ਪਾ ਦਿੱਤੇ ਗਏ। ਇਹ ਪਿੱਛੇ ਰੋਕਿਆ ਜਾਣ ਲੱਗ ਪਿਆ ਵੀ ਬਾਣੀ ਪੜ੍ਹੇਗਾ ਤਾਂ ਵੇਖੋ, ਪਹਿਲੀ ਵਾਰੀ, ਮੈਂ ਨਹੀਂ ਕਹਿੰਦਾ ਵੀ ਸਾਰੀ ਉਮਰ ਅਸੀਂ ਗਲਤ ਪੜ੍ਹਦੇ ਰਹੀਏ, ਜਦੋਂ ਸ਼ੁਰੂਆਤ ਕਿਸੇ ਵੀ ਆਪਾਂ ਕੋਈ ਵੀ ਪੜ੍ਹਨਾ ਕੋਈ ਵੀ ਕੰਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਗਲਤੀਆਂ ਤਾਂ ਹੁੰਦੀਆਂ ਨੇ ਨਾ, ਕੋਈ ਵੀ ਕੰਮ ਕੋਈ ਵੀ ਜ਼ਿੰਦਗੀ ਦਾ ਕੰਮ ਆਪਾਂ ਪਹਿਲੀ ਵਾਰ ਕਰਾਂਗੇ ਗਲਤ, ਪਰ ਉਹ ਗਲਤੀਆਂ ਕਰਦੀਆਂ ਕਰਦੀਆਂ ਸੁਧਾਰ ਵਾਲੇ ਪਾਸੇ ਆਵਾਂਗੇ। ਜੇ ਆਪਾਂ ਇਹ ਸੋਚਦੇ ਰਹੇ ਵੀ ਬਾਣੀ ਪੜ੍ਹਾਂਗੇ ਗਲਤੀ ਹੋ ਜਾਏਗੀ, ਤਾਂ ਗਲਤੀ ਬੜਾ ਵੱਡਾ ਪਾਪ ਹੈ, ਜੋ ਸਾਨੂੰ ਸਮਝਾਇਆ ਗਿਆ ਅੱਜ ਤੱਕ ਪੁਜਾਰੀਵਾਦ ਵੱਲੋਂ, ਜੋ ਸਾਡੇ ਅੰਦਰ ਇਹ ਚੀਜ਼ਾਂ ਪਾਈਆਂ ਗਈਆਂ। ਕਿਉਂਕਿ ਸਾਡੇ ਆਸ ਪਾਸ ਜਦੋਂ ਆਪਾਂ ਵੇਖਦੇ ਹਾਂ, ਪੁਰਾਣੇ ਸਮਿਆਂ ਵਿੱਚ ਪੁਜਾਰੀ ਨੇ ਕਿਹਾ ਵੀ ਧਰਮ ਗ੍ਰੰਥ ਪੜ੍ਹਨ ਦਾ ਅਧਿਕਾਰ ਕੇਵਲ ਮੈਨੂੰ ਹੈ, ਅਤੇ ਸਾਡੇ ਵਿੱਚ ਵੀ ਲੋਕ ਪੈਦਾ ਹੋ ਗਏ, ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਕਾਰ ਜਿਹੜਾ ਕੇਵਲ ਸਾਨੂੰ ਹੈ ਆਮ ਨੂੰ, ਅਤੇ ਗੁਰੂ ਨੇ ਇਹ ਨਹੀਂ ਕਿਹਾ, ਉਹਨਾਂ 'ਤੇ ਆਖਿਆ ਵੀ ਜਿਹੜਾ ਵੀ ਆਪਣੇ ਆਪ ਨੂੰ ਸਿੱਖ ਖਵਾਉਂਦਾ ਹੈ। ਕਿਤੇ ਵੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਹੀਂ ਕਿਹਾ ਗਿਆ ਵੀ ਬਾਣੀ ਪੜ੍ਹਨ ਦਾ ਅਧਿਕਾਰ ਕੇਵਲ ਚੰਦ ਲੋਕਾਂ ਨੂੰ ਹੈ,
ਉਹਨਾਂ ਨੇ ਤਾਂ ਆਖਿਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਉਹਨਾਂ ਨੇ ਆਖਿਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੁ ਭਲਕੇ ਉਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਇਹ ਅੰਮ੍ਰਿਤਸਰ, ਅੰਮ੍ਰਿਤਸਰ ਦੇ ਵਿੱਚ ਆ ਬਾਣੀ ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਦਾ ਸਰੋਵਰ ਹੈ। ਇਹੀ ਰਾਮਦਾਸ ਜਿਹਨੂੰ ਆਖਿਆ ਨਾ ਰਾਮਦਾਸ ਸਰੋਵਰ ਨਾਤੇ, ਇਹੀ ਰਾਮਦਾਸ ਸਰੋਵਰ ਹੈ, ਰਾਮ ਦੇ ਦਾਸਾਂ ਦਾ ਸਰੋਵਰ। ਸਾਧ ਸੰਗਤ ਅੱਗੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਉਸੇ ਸ਼ਬਦ ਵਿੱਚ, ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਕਹਿਣ ਲੱਗੇ ਜਿਹੜਾ ਵੀ ਆਪਣੇ ਆਪ ਨੂੰ ਸਿੱਖ ਖਵਾਉਂਦਾ ਉਹ ਬਾਣੀ ਪੜ੍ਹੇ। ਬਾਣੀ ਕਿਉਂ ਪੜ੍ਹੇ? ਤਾਂ ਕਿ ਆਪਣੇ ਮਨ ਨੂੰ ਜਾਗਰਤ ਕੀਤਾ ਜਾ ਸਕੇ, ਆਪਣੇ ਮਨ ਨੂੰ ਸੁਚੇਤ ਕੀਤਾ ਜਾ ਸਕੇ, ਆਪਣੇ ਅੰਦਰ ਉਹ ਗਿਆਨ ਹਾਸਲ ਕੀਤਾ ਜਾ ਸਕੇ। ਤਾਂ ਗੁਰੂ ਸਾਹਿਬ ਨੇ ਆਖਿਆ ਵੀ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਕੇਵਲ ਪੜ੍ਹਨ ਨਾਲ ਨਹੀਂ, ਜਿਸ ਆਦਰਸ਼ਕ ਮਨੁੱਖ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਆਪਾਂ ਹੁਣ ਵੇਖੀਏ ਦੁਨੀਆ ਦੇ ਵਿੱਚ ਕੋਈ ਬੱਚਾ ਸਕੂਲ ਜਾਵੇ, ਸਾਡਾ ਅੱਜ ਧਿਆਨ ਕਿੱਥੇ ਹੈ? ਸਾਡਾ ਧਿਆਨ ਕਿੱਥੇ? ਧਿਆਨ ਦਿਆ ਜੇ ਥੋੜ੍ਹਾ, ਕੋਈ ਬੱਚਾ ਸਕੂਲ ਜਾਵੇ ਅਤੇ ਉਹਨੂੰ ਪੁੱਛੀਏ ਵੀ ਸਕੂਲ ਜਾਣਾ, ਕਹਿੰਦਾ ਹਾਂ ਰੋਜ਼ ਜਾਂਦਾ, ਮੈਂ ਆਪਣੇ ਸਕੂਲ ਦਾ ਬੜਾ ਧਿਆਨ ਰੱਖਦਾ ਹਾਂ, ਉਹਦੀ ਬਿਲਡਿੰਗ ਦਾ, ਉਹਦੀ ਸਫਾਈ ਦਾ, ਕਿਤੇ ਕੋਈ ਇੱਟ ਨਾ ਡਿੱਗ ਜਾਏ, ਕਿਤੇ ਉਹਦਾ ਰੰਗ ਰੋਗੜ ਨਾ ਖਰਾਬ ਹੋ ਜਾਏ, ਬੜਾ ਧਿਆਨ ਰੱਖਦਾ। ਪਰ ਉਹਨੂੰ ਕੋਈ ਪੁੱਛੇ ਵੀ ਤੂੰ ਇੰਨਾ ਚਿਰ ਹੋ ਗਿਆ ਸਕੂਲ ਜਾਂਦਿਆਂ ਨੂੰ, ਕਿੰਨੀਆਂ ਜਮਾਤਾਂ ਪੜ੍ਹ ਗਈਆਂ, ਕਿਹੜੀ ਕਲਾਸ ਵਿੱਚ? ਉਹ ਕਹਿੰਦੇ ਕਲਾਸ 'ਤੇ ਮੈਂ ਬੈਠਾ ਹੀ ਕਦੇ ਨਹੀਂ ਕਲਾਸ ਵਿੱਚ ਜਾ ਕੇ, ਤਾਂ ਸਕੂਲ ਦੀ ਬਿਲਡਿੰਗ ਵੇਖ ਕੇ ਆਉਣਾ, ਸਕੂਲ ਰੋਜ਼ ਜਾਂਦਾ ਹਾਂ, ਮੈਂ ਸਫਾਈ ਦਾ ਧਿਆਨ ਰੱਖਦਾ, ਮੈਂ ਬਿਲਡਿੰਗ ਵੇਖ ਕੇ ਆਉਣਾ, ਪਰ ਮੈਂ ਕਲਾਸ ਵਿੱਚ ਨਹੀਂ ਬੈਠਾ ਕਦੇ। ਅਤੇ ਆਪਾਂ ਇਹੀ ਕਹਾਂਗੇ ਨਾ ਤੇਰੇ ਜਾਣ ਦਾ ਫਾਇਦਾ ਕੀ ਹੋਇਆ? ਬਿਲਡਿੰਗ 'ਤੇ ਬਣੀ ਉਹਦਾ ਉਹਦੇ ਪਿੱਛੇ ਕਾਰਨ ਤੇ ਕਿ ਉੱਥੋਂ ਤੂੰ ਐਜੂਕੇਟ ਹੋ ਸਕੇ। ਹੁਣ ਸਿੱਖ ਕਹਿੰਦਾ ਵੀ ਗੁਰਦੁਆਰੇ ਜਾਂਦਾ, ਮੈਂ ਬੜੀ ਧਿਆਨ ਰੱਖਦਾ, ਗੁਰਦੁਆਰੇ ਦੀ ਬੜੀ ਸੇਵਾ ਕਰਦਾ, ਐਂ ਧਿਆਨ ਰੱਖਦਾ ਵੀ ਮਿੱਟੀ ਲੱਗੀ ਹੋਵੇ ਨਾ ਇੱਦਾਂ, ਸੇਵਾਦਾਰ ਨੂੰ ਸੰਗਤ ਵੀ ਦਿਖਾਉਣਾ ਵੀ ਆ ਵੇਖੋ ਸੇਵਾਦਾਰ ਕਿੰਨਾ ਮਾੜਾ, ਇਹਨੇ ਸਫਾਈ ਨਹੀਂ ਕੀਤੀ, ਗੋਲਕ 'ਤੇ ਹੱਥ ਲਾ ਲਾ, ਕਦੇ ਇੱਧਰ ਹੱਥ ਲਾ ਲਓ, ਸਾਡੀ ਇਹੀ ਇਹੀ ਰੋਜ਼ ਗੁਰਦੁਆਰੇ ਵਿੱਚ ਝਗੜੇ ਹੁੰਦੇ ਨੇ। ਅਤੇ ਉਹਨਾਂ ਨੂੰ ਉਹ ਅੱਛਾ ਤੂੰ ਇੱਥੇ ਬੈਠ ਕੇ ਹੁਣ ਗੁਰੂ ਨੇ ਕੀ ਕਿਹਾ ਸੀ? ਉਹ ਗੁਰੂ ਸਾਹਿਬ ਨੂੰ ਪੁੱਛੀਏ ਵੀ ਗੁਰਦੁਆਰਾ ਸੰਗਤ ਕਾਹਦੇ ਵਾਸਤੇ? ਤੂੰ ਕਹਿੰਦੇ ਨੇ ਸਤ ਸੰਗਤ ਸਤਿਗੁਰ ਚੱਟ ਸਾਲ ਹੈ। ਇਹ ਕੀ ਹੈ ਚੱਟ ਸਾਲ? ਚੱਟ ਸਾਲ ਕਹਿੰਦੇ ਨੇ ਜਿਹਨੂੰ ਆਪਾਂ ਪਾਠਸ਼ਾਲਾ ਕਹਿੰਦੇ ਸਾਂ, ਹੁਣ ਸਕੂਲ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਚੱਟ ਸਾਲ ਚਾਰਟੜੇ ਹੁੰਦੇ ਨੇ ਚੇਲੇ, ਸ਼ਾਲ ਕਹਿੰਦੇ ਨੇ ਘਰ ਨੂੰ, ਉਹ ਘਰ ਉਹ ਇਹੋ ਜਿਹੀ ਜਗ੍ਹਾ, ਇਹੋ ਜਿਹਾ ਟਿਕਾਣਾ ਜਿੱਥੇ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਬੈਠਦਾ ਹੈ ਅਤੇ ਉਹਨਾਂ ਨੂੰ ਉਹ ਸਿਖਾਉਂਦਾ ਹੈ। ਜਿੱਤ ਇੱਥੇ ਕਹਿੰਦੇ ਨੇ ਜਿੱਤ ਹਰ ਗੁਣ ਸਿੱਖਾ, ਕਿਉਂਕਿ ਕੇਵਲ ਪਰਿਕਰਮਾ ਕਰਨ ਵਾਲਾ, ਕੇਵਲ ਬਾਹਰੀ ਬਿਲਡਿੰਗ ਦਾ ਧਿਆਨ ਰੱਖਣ ਵਾਲਾ ਕੋਈ ਇੰਜੀਨੀਅਰ 'ਤੇ ਨਹੀਂ ਬਣ ਸਕੇਗਾ, ਨਾ ਡਾਕਟਰ 'ਤੇ ਨਹੀਂ ਬਣ ਸਕੇਗਾ, ਕੋਈ ਵੀ ਆਪਣੀ ਜ਼ਿੰਦਗੀ ਵਿੱਚ ਉਹ ਕੋਈ ਰਾਜਨੇਤਾ 'ਤੇ ਨਹੀਂ ਬਣ ਸਕੇਗਾ ਨਾ। ਚਲੋ ਰਾਜਨੇਤਾ ਤਾਂ ਖੈਰ ਬਣ ਜਾਏ, ਪਰ ਕੋਈ ਇਹੋ ਜਿਹਾ ਵਧੀਆ ਇਨਸਾਨ 'ਤੇ ਨਹੀਂ ਬਣ ਸਕੇਗਾ ਨਾ ਜਿਹਨੇ ਪੜ੍ਹਾਈ ਨਹੀਂ ਕੀਤੀ। ਅਤੇ ਦੁਨੀਆ ਦੇ ਅੰਦਰ ਕੋਈ ਮਨੁੱਖ ਇੱਦਾਂ ਕਿਸੇ ਧਰਮ ਸਥਾਨ 'ਤੇ ਜਾਂਦਾ ਪਰ ਉੱਥੇ ਪੜ੍ਹਦਾ ਹੀ ਕੋਈ ਨਹੀਂ, ਗਿਆਨ ਜਿਹੜਾ ਉਹਦੇ ਵਿੱਚੋਂ ਪ੍ਰਾਪਤ ਹੋ ਰਿਹਾ ਉਹ ਕਰਦਾ ਹੀ ਹਾਸਲ ਹੀ ਨਹੀਂ ਕਰਦਾ। ਅਤੇ ਗੁਰੂ ਸਾਹਿਬ ਨੇ ਆਖਿਆ ਸੀ ਵੀ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ, ਅਸੀਂ ਬੱਚੇ ਹਾਂ ਪਰਮੇਸ਼ਰ ਦੇ ਸਾਰੇ ਪਰ ਅਣਜਾਣ ਹਾਂ। ਅਤੇ ਅੱਗੇ ਕਹਿ ਦਿੱਤਾ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੀ ਕੀਏ ਸਿਆਣੇ। ਕਹਿਣ ਲੱਗੇ ਉਹ ਮੇਰਾ ਜਿਹੜਾ ਸਤਿਗੁਰੂ ਪਾਂਧਾ, ਪਾਂਧਾ ਕਹਿੰਦੇ ਨੇ ਮਾਸਟਰ ਨੂੰ, ਅਧਿਆਪਕ ਨੂੰ, ਟੀਚਰ ਨੂੰ। ਅਤੇ ਕਹਿਣ ਲੱਗੇ ਮੇਰਾ ਗੁਰੂ ਟੀਚਰ ਹੈ ਜਿਹਨੇ ਮੈਨੂੰ ਉਪਦੇਸ਼ ਦੇ ਕੇ ਸਿਆਣੇ ਬਣਾਉਣਾ ਹੈ। ਹੁਣ ਗੁਰੂ ਕੋਲ ਤਾਂ ਜਾ ਕੇ ਬੈਠੇ ਕੋਈ ਨਹੀਂ, ਉਹਦੇ ਕੋਲੋਂ ਤਾਂ ਉਹ ਸਿੱਖਿਆ ਲਈ ਕੋਈ ਨਹੀਂ, ਗਿਆਨ ਪ੍ਰਾਪਤ ਕੀਤਾ ਹੀ ਕੋਈ ਨਹੀਂ, ਤਾਂ ਕਿੱਦਾਂ ਗੱਲ ਬਣੇਗੀ? ਗੁਰੂ ਤਾਂ ਕਹਿ ਰਿਹਾ ਵੀ ਮੈਂ ਮੇਰੇ ਕੋਲ ਆ ਕੇ ਬੈਠ, ਸਿੱਖ ਇੱਥੋਂ ਤੂੰ ਵਿੱਦਿਆ ਗ੍ਰਹਿਣ ਕਰ ਤਾਂ ਆਪਣੇ ਜੀਵਨ ਦੇ ਅੰਦਰ ਤੂੰ ਕੁਝ ਬਣ ਸਕੇਗਾ। ਬਾਣੀ ਕਿਉਂ ਪੜ੍ਹਨੀ ਹੈ ਅਤੇ ਦੂਜੇ ਨੰਬਰ 'ਤੇ ਕਿਵੇਂ ਪੜ੍ਹਨੀ ਹੈ? ਜਦੋਂ ਕਿਵੇਂ ਪੜ੍ਹਨ ਦੀ ਗੱਲ ਆਉਂਦੀ ਹੈ ਨਾ, ਇੱਕ ਤਾਂ ਸਾਨੂੰ ਧਿਆਨ ਰੱਖਣਾ ਹੈ ਵੀ ਬਾਣੀ ਪੜ੍ਹਨ ਵਾਸਤੇ ਗੁਰਮੁਖੀ ਦੇ ਆਉਣਾ ਤਾਂ ਬਹੁਤ ਜ਼ਰੂਰੀ ਹੈ। ਵੇਖੋ ਕੋਈ ਵੀ ਗ੍ਰੰਥ ਹੈ ਨਾ, ਕੋਈ ਵੀ ਦੁਨੀਆ ਦਾ ਗ੍ਰੰਥ ਹੈ, ਉਹ ਜਿਹੜੀ ਆਪਣੀ ਉਹਦੀ ਭਾਸ਼ਾ ਹੁੰਦੀ ਹੈ ਨਾ,
ਜਿਸ ਵਧੀਆ ਢੰਗ ਨਾਲ ਉਸੇ ਭਾਸ਼ਾ ਵਿੱਚ ਉਹਨੂੰ ਸਮਝਿਆ ਜਾ ਸਕਦਾ, ਜਦੋਂ ਟਰਾਂਸਲੇਟ ਹੋ ਕੇ ਦੂਜੀ ਕਿਸੇ ਭਾਸ਼ਾ ਵਿੱਚ ਜਾਂਦੀ ਤਾਂ ਫਿਰ ਉਹਦੇ ਅਰਥ ਬਦਲ ਜਾਂਦੇ ਨੇ। ਬਹੁਤ ਵਾਰੀ ਇਹੀ ਧਰਮ ਗ੍ਰੰਥਾਂ ਨਾਲ ਇੱਦਾਂ ਹੁੰਦਾ ਆਇਆ ਹੈ। ਇਸ ਕਰਕੇ ਜਿਹੜੀ ਆਪਣੀ ਭਾਸ਼ਾ ਹੈ ਨਾ, ਸਾਨੂੰ ਇਹਦੇ ਵਾਲੇ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਗੁਰਮੁਖੀ ਪੰਜਾਬੀ ਪੜ੍ਹ ਕੇ ਅਸੀਂ ਸਮਝ ਸਕਦੇ ਹਾਂ ਨਾ, ਉਹਨਾਂ ਹਿੰਦੀ ਵਿੱਚ ਜਾਂ ਕਿਸੇ ਹੋਰ ਭਾਸ਼ਾ ਵਿੱਚ, ਇਹਦਾ ਮਤਲਬ ਇਹ ਨਹੀਂ ਕਿ ਹੋਰ ਭਾਸ਼ਾ ਵਿੱਚ ਨਹੀਂ ਪੜ੍ਹਨਾ ਚਾਹੀਦਾ, ਇਹਦਾ ਮਤਲਬ ਇਹ ਵੀ ਨਾ ਲੈਣਾ। ਸਾਨੂੰ ਜਿਹੜੀ ਭਾਸ਼ਾ ਆਉਂਦੀ ਹੈ, ਜਿਸ ਭਾਸ਼ਾ ਵਿੱਚ ਵੀ ਕੋਈ ਟਰਾਂਸਲੇਟ ਮਿਲਦਾ, ਸਾਨੂੰ ਪੜ੍ਹਨਾ ਚਾਹੀਦਾ। ਪਰ ਜਿੰਨਾ ਇਹਨੂੰ ਗੁਰਮੁਖੀ ਵਿੱਚ ਜੇ ਲਿਖਿਆ ਤਾਂ ਉਹਦੇ ਵਿੱਚ ਸਮਝਿਆ ਜਾ ਸਕਦਾ ਹੈ, ਕਿਉਂਕਿ ਕਈ ਵਾਰੀ ਉਹਦੇ ਨਾਲ ਦੇ ਸ਼ਬਦ ਕਿਸੇ ਦੂਜੀ ਭਾਸ਼ਾ ਵਿੱਚ ਹੁੰਦੇ ਹੀ ਨਹੀਂ। ਤਾਂ ਅੱਖਰਾਂ ਦਾ ਅਤੇ ਮਾਤਰਾ ਦਾ ਸਾਨੂੰ ਗਿਆਨ ਹੋਣਾ ਅਵੱਸ਼ ਹੈ, ਬਹੁਤ ਜ਼ਰੂਰੀ ਹੈ। ਅੱਖਰਾਂ ਦੀ ਧੁਨੀ ਕੀ ਹੈ, ਮਾਤਰਾ ਦੀ ਧੁਨੀ ਕੀ ਹੈ, ਤਾਂ ਕਿ ਉਹਨੂੰ ਧਿਆਨ ਨਾਲ ਪੜ੍ਹਿਆ ਜਾ ਸਕੇ। ਅਤੇ ਜਿੰਨਾ ਅਸੀਂ ਧਿਆਨ ਨਾਲ ਪੜ੍ਹਾਂਗੇ ਨਾ, ਇੱਕ ਹੋਰ ਧਿਆਨ ਦਿਆ ਜੇ, ਤਿੰਨ ਚੀਜ਼ਾਂ ਨੂੰ ਹਮੇਸ਼ਾ ਆਪਣੇ ਜੀਵਨ ਵਿੱਚ ਅਸੀਂ ਵਸਾ ਲਈਏ। ਇੱਕ ਹੁੰਦਾ ਹੈ ਧਿਆਨ, ਦੂਜੇ ਨੰਬਰ 'ਤੇ ਗਿਆਨ, ਤੀਜੇ ਨੰਬਰ 'ਤੇ ਇਮਤਿਹਾਨ। ਇੱਕ ਕਲਾਸ ਦੇ ਵਿੱਚ ਮੰਨ ਲਓ 50 ਬੱਚੇ ਬੈਠੇ ਨੇ, ਇੱਕ ਟੀਚਰ 50 ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਅਤੇ ਜਦੋਂ ਉਹਨਾਂ ਦਾ ਇਮਤਿਹਾਨ ਹੋਇਆ ਤਾਂ ਉਹਦੇ ਵਿੱਚੋਂ ਕੁਝ ਬੱਚੇ ਕਿੰਨੇ ਨੰਬਰ ਲੈ ਕੇ, ਕਈਆਂ ਨੇ 50% ਲਏ, ਕਿਸੇ ਨੇ 70, ਕਿਸੇ ਨੇ 90 ਵੀ ਲੈ ਲਏ, ਕਿਸੇ 95 ਵੀ ਲੈ ਲਏ, ਕੋਈ 30%, ਕਈ ਫੇਲ ਵੀ ਹੋ ਜਾਂਦੇ ਨੇ। ਹੁਣ ਉੱਥੇ ਜੇਕਰ ਆਪਾਂ ਵੇਖੀ ਵੀ ਇੱਦਾਂ ਕਿਉਂ ਹੋਇਆ, ਟੀਚਰ ਨੇ ਤਾਂ ਇੱਕੋ ਜਿਹਾ ਪੜ੍ਹਾਇਆ ਸੀ ਸਾਰਿਆਂ ਨੂੰ, ਉਹਨੇ ਤਾਂ ਕਿਸੇ ਨਾਲ ਫਰਕ ਨਹੀਂ ਕੀਤਾ। ਅਸਲ ਵਿੱਚ ਜਿਹੜੇ ਬੱਚੇ ਨੇ ਆਪਣੇ ਟੀਚਰ ਦੀ ਗੱਲ ਵੱਲ ਜ਼ਿਆਦਾ ਧਿਆਨ ਦਿੱਤਾ, ਜਿੰਨਾ ਜ਼ਿਆਦਾ ਧਿਆਨ ਹੋਏਗਾ ਨਾ, ਉਨਾ ਜ਼ਿਆਦਾ ਉਹਦੇ ਵਿੱਚੋਂ ਗਿਆਨ ਮਿਲੇਗਾ, ਉਨਾ ਜ਼ਿਆਦਾ ਗਿਆਨ ਮਿਲੇਗਾ। ਅਤੇ ਜਿੰਨਾ ਜ਼ਿਆਦਾ ਗਿਆਨ ਹੋਵੇਗਾ, ਉਨਾ ਜ਼ਿਆਦਾ ਇਮਤਿਹਾਨ ਵਿੱਚ ਬੰਦਾ ਸਫਲ ਹੋਏਗਾ, ਪਾਸ ਹੋਏਗਾ। ਇਮਤਿਹਾਨ ਵਿੱਚ ਤਾਂ ਮੇਰੇ ਵਰਗਾ ਨਲਾਇਕ ਹੀ ਡੋਲਦਾ ਹੈ ਨਾ, ਹੱਥੋਂ ਦੇ ਕੰਬਦੇ ਨੇ ਪੇਪਰ ਦੇਣ ਲੱਗਿਆ, ਵੀ ਮੈਨੂੰ ਮੇਰੇ ਕੋਲ ਤਾਂ ਨੌਲੇਜ ਹੀ ਕੋਈ ਨਹੀਂ, ਗਿਆਨ ਹੀ ਨਹੀਂ ਹੈਗਾ। ਹੁਣ ਜਿਹਦੇ ਕੋਲ ਗਿਆਨ ਹੋਏ ਕਿਉਂ ਡਰੇਗਾ ਇਮਤਿਹਾਨ ਤੋਂ? ਸਾਡੀ ਜ਼ਿੰਦਗੀ ਇੱਕ ਬਹੁਤ ਵੱਡਾ ਇਮਤਿਹਾਨ ਹੈ, ਅਸੀਂ ਡਰਦੇ ਰਹਿੰਦੇ ਹਾਂ। ਜੇਕਰ ਅਸੀਂ ਬਾਣੀ ਦਾ ਗਿਆਨ ਲੈ ਲਈਏ ਨਾ, ਧਿਆਨ ਨਾਲ ਬਾਣੀ ਨੂੰ ਪੜ੍ਹ ਲਈਏ, ਕਿਵੇਂ ਪੜ੍ਹਨੀ ਹੈ? ਧਿਆਨ ਨਾਲ ਬਾਣੀ ਨੂੰ ਕਿਵੇਂ ਪੜ੍ਹਨਾ ਹੈ? ਧਿਆਨ ਨਾਲ, ਅਤੇ ਇਸ ਕਰਕੇ ਪੜ੍ਹਨਾ ਵੀ ਇਹਦੇ ਵਿੱਚੋਂ ਗਿਆਨ ਲੈਣਾ ਹੈ, ਕੇਵਲ ਦੁਨਿਆਵੀ ਲੋੜਾਂ ਦੀ ਪੂਰਤੀ ਵਾਸਤੇ ਨਹੀਂ, ਵੀ ਆਹ ਦਾਤ ਲੈਣੀ ਹੈ ਅਤੇ ਆਹ ਸ਼ਬਦ ਪੜ੍ਹ ਲਓ, ਇਹ ਸਾਨੂੰ ਇਸ ਵਾਲੇ ਪਾਸੇ ਤੋਰਿਆ ਗਿਆ। ਪਰ ਬਾਣੀ ਤਾਂ ਇੱਕ ਬਹੁਤ ਮਹਾਨ ਦਾਤ ਹੈ, ਐਸਾ ਵੀ ਨਹੀਂ, ਕਿਉਂਕਿ ਜਦੋਂ ਅਸੀਂ ਜੁੜਾਂਗੇ ਬਾਣੀ ਨਾਲ, ਬਾਣੀ ਦੇ ਜ਼ਰੀਏ ਉਸ ਅਕਾਲ ਪੁਰਖ ਦੇ ਨਾਲ, ਤਾਂ ਦਾਤਾਂ ਦੀ ਕਮੀ ਨਹੀਂ ਹੈ ਕੋਈ, ਦਾਤਾਂ ਤਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਉਹ ਜਿਹੜੀ ਗੱਲ ਆਖੀ ਨਾ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ, ਜਿਹੜਾ ਸੁੱਖ ਉਹਦੀ ਸੇਵਾ ਵਿੱਚੋਂ ਉਹਨੂੰ ਸਮਝ ਕੇ ਪ੍ਰਾਪਤ ਹੋਣਾ, ਕਿਸੇ ਰਾਜ ਵਿੱਚੋਂ, ਕਿਸੇ ਪਦਾਰਥ ਵਿੱਚੋਂ ਨਹੀਂ, ਉਹ ਕਿਸੇ ਹੋਰ ਦੁਨੀਆ ਦੀ ਉਸ ਦਾਤ ਵਿੱਚੋਂ ਨਹੀਂ। ਅਸੀਂ ਹੋਰ ਪਾਸੇ ਤੁਰ ਜਾਂਦੇ ਹਾਂ ਕਿਉਂਕਿ ਸਾਨੂੰ ਇੱਦਾਂ ਕਿਹਾ ਜਾਂਦਾ ਹੈ ਵੀ ਤੂੰ ਆਹ ਇੱਦਾਂ ਕਰ ਲੈ, ਤੈਨੂੰ ਆਹ ਮਿਲ ਜਾਏਗਾ, ਬਾਣੀ ਪੜ੍ਹ ਲੈ, ਅਤੇ ਇਹ ਵੀ ਕਹਿ ਦਿੱਤਾ ਗਿਆ ਵੀ ਤੂੰ ਇੰਨੇ ਦਿਨ ਜਪਜੀ ਸਾਹਿਬ ਦੇ ਇੰਨੇ ਪਾਠ ਕਰ, ਗਿਣਤੀਆਂ ਵਾਲੇ ਪਾਸੇ ਵੀ ਤੋਰਿਆ ਗਿਆ। ਸਰ ਨੇ ਇੱਕ ਵਾਰੀ ਇੱਥੇ ਦੱਸਿਆ ਸੀ ਬਈ ਇਹਨਾਂ ਦੇ ਕੋਲ ਕੋਈ ਬਜ਼ੁਰਗ ਆਏ ਅਤੇ ਉਹਨਾਂ ਨੇ ਇਹ ਕਿਸੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ 10,000 ਜਪਜੀ ਸਾਹਿਬ ਦੇ ਪਾਠ ਕਰਨੇ ਨੇ, ਉਹ ਰਸੀਦਾਂ ਕੱਟ ਕੇ ਦਿੰਦੇ ਨੇ ਵੀ ਇੰਨਾ ਕਿੰਨੇ ਲਓਗੇ ਜੀ ਤੁਸੀਂ ਪਾਠ, ਇੰਨੇ ਤੁਸੀਂ ਪਾਠ ਕਰਨੇ ਨੇ, ਅਤੇ ਫਿਰ ਉਹ ਕਰੋੜਾਂ ਪਾਠਾਂ ਦੇ ਉੱਥੇ ਅਰਦਾਸਾਂ ਹੋਣਗੀਆਂ। ਤੁਸੀਂ ਕਦੇ ਸੋਚਿਆ ਹੈ? ਹਰ ਵਾਰੀ ਨਾ ਇੰਨੀਆਂ ਇੰਨੇ ਪਾਠ ਹੋ ਰਹੇ ਨੇ ਜੀ ਕੌਮ ਦੇ ਭਲੇ ਵਾਸਤੇ, ਸਰਬੱਤ ਦੇ ਭਲੇ ਵਾਸਤੇ, ਪਰ ਇਹਦੇ ਤੱਕ ਤਾਂ ਕੌਮ ਦਾ ਭਲਾ ਹੋਇਆ ਕੋਈ ਨਹੀਂ, ਕੌਮ ਤਾਂ ਹੋਰ ਨਿਗਾਰ ਵਾਲੇ ਪਾਸੇ ਜਾ ਰਹੀ ਹੈ। ਇੱਦਾਂ ਨਹੀਂ ਭਲੇ, ਕਿਸੇ ਹੋਰ ਕੋਈ ਪਾਠ ਕਰੇ ਤਾਂ ਇੱਦਾਂ ਨਹੀਂ ਭਲਾ ਹੋਣਾ, ਭਲਾ ਉਦੋਂ ਹੋਵੇਗਾ ਜਦੋਂ ਆਪਣਾ ਭਲਾ ਅਸੀਂ ਆਪ ਕਰਾਂਗੇ। ਕਦੇ ਸੋਚਿਆ ਵੀ ਅਸੀਂ ਇਹ ਪ੍ਰਸ਼ਾਦਾ ਰੋਟੀ ਕੋਈ ਹੋਰ ਖਾਵੇ ਅਤੇ ਭੁੱਖ ਮੇਰੀ ਖਤਮ ਹੋ ਜਾਏ? ਮੈਂ ਬੜਾ ਹੈਰਾਨ ਹੋਇਆ। ਮੈਂ ਨਾ ਇੱਕ ਵਾਰੀ ਉਹ ਕੈਨੇਡਾ ਦੀ ਗੱਲ ਹੈ, ਅਤੇ ਉੱਥੇ ਇੱਕ ਭੈਣ ਆਈ ਮੇਰੇ ਕੋਲ, ਉਹਨੇ ਸਵਾਲ ਕੀਤਾ। ਕਈ ਵਾਰੀ ਬੰਦਾ ਗੱਲ ਕਰ ਬੈਠਦਾ ਫਿਰ ਸੋਚਦਾ ਕਿਤੇ ਮੈਂ ਗਲਤੀ ਤਾਂ ਨਹੀਂ ਕੀਤੀ, ਫਿਰ ਉਹਦੇ ਮਨ ਵਿੱਚ ਭਰਮ ਹੁੰਦਾ ਹੈ ਅਤੇ ਉਹ ਪੁੱਛਦਾ ਆ ਕੇ। ਉਹਨੇ ਮੈਨੂੰ ਪੁੱਛਿਆ, ਕਹਿਣ ਲੱਗੀ ਵੀਰ ਜੀ ਮੈਂ ਇੱਕ ਇਸ ਤਰ੍ਹਾਂ ਗੱਲ ਕਰ ਬੈਠੀ ਹਾਂ, ਪਰ ਮੈਂ ਕਿਤੇ ਗਲਤ ਤਾਂ ਨਹੀਂ ਕੀਤਾ? ਮੈਂ ਕਿਹਾ ਕੀ ਗੱਲ ਹੈ? ਕਹਿਣ ਲੱਗੀ ਬਈ ਮੇਰੀ ਨਾ ਸੱਸ ਇੰਡੀਆ ਰਹਿੰਦੀ ਹੈ, ਅਤੇ ਉਹ ਨਾ ਰੋਜ਼ ਉਹਦਾ, ਕਿਉਂਕਿ ਇੱਥੇ ਜਦੋਂ ਹੁਣ ਸਵੇਰ ਹੋਈ ਤਾਂ ਉੱਥੇ ਸ਼ਾਮ ਹੋਈ, ਅਤੇ ਜਦੋਂ ਉੱਥੇ ਸ਼ਾਮ ਰਾਤ ਹੋਣੀ ਇੱਥੇ ਸਵੇਰ ਹੋ ਜਾਣੀ ਹੈ,
ਕਹਿ ਲੱਗੇ ਉਹ ਰੋਜ਼ ਪਾਠ ਕਰਦੇ ਅਤੇ ਜਦੋਂ ਇੱਥੇ ਸ਼ਾਮ ਹੁੰਦੀ ਇਹਨਾਂ ਦਾ ਫੋਨ ਆਉਂਦਾ ਵੀ ਮੈਂ ਅੱਜ ਨਾ 5 ਪਾਠ ਜਪੁਜੀ ਸਾਹਿਬ ਦੇ ਕੀਤੇ ਸਨ। ਇੱਕ ਵੱਡੇ ਪੁੱਤਰ ਨੂੰ ਫੋਨ ਕਰਕੇ ਵੀ ਇੱਕ ਤੈਨੂੰ ਦਿੱਤਾ, ਇੱਕ ਛੋਟੇ ਨੂੰ ਕਹਿੰਦੀ ਹੈ ਤੈਨੂੰ ਦਿੱਤਾ, ਇੱਕ ਵੱਡੀ ਧੀ ਨੂੰ ਕਹਿੰਦੀ ਹੈ ਤੈਨੂੰ ਦਿੱਤਾ, ਫਿਰ ਛੋਟੀ ਧੀ ਨੂੰ ਕਹਿੰਦੀ, ਵਾਰੀ ਉਹਨੇ ਬੰਨ੍ਹੀ ਹੋਈ ਹੈ। ਅਤੇ ਉਹ ਦੂਜੇ ਤੀਜੇ ਦਿਨ ਮੈਨੂੰ ਵੀ ਫੋਨ ਕਰ ਕਹਿੰਦੀ ਵੀ ਮੈਨੂੰ ਤਾਂ ਇੱਕ ਪਾਠ ਤੈਨੂੰ ਦਿੱਤਾ। ਇੱਦਾਂ ਵੀ ਪਤਾ ਨਹੀਂ ਕਿੰਨਾ ਕੁ ਤੇਰੇ 'ਤੇ ਪਰਉਪਕਾਰ ਕਰ ਰਹੀ ਹਾਂ ਮੈਂ, ਇੱਦਾਂ ਕਹਿੰਦੀ ਮੇਰੇ ਤੋਂ ਰੋਜ਼ ਗੱਲ ਕਰਦੀ। ਕਹਿੰਦੀ ਅੱਜ ਮੈਂ ਉਹਨੂੰ ਕਹਿ ਦਿੱਤਾ ਵੀ ਮਾਤਾ ਜੀ ਵੀ ਤੂੰ ਆਪਣੇ ਕੋਲ ਕੀ ਰੱਖਿਆ, 5 ਕਿਤੇ 5 ਵੰਡ ਦਿੱਤੇ, ਮੈਂ ਨਹੀਂ ਲੈਂਦੀ ਤੇਰਾ ਪਾਠ, ਆਪਣੇ ਕੋਲ ਹੀ ਰੱਖ। ਕਹਿੰਦੀ ਅੱਜ ਇੱਦਾਂ ਕਹਿ ਦਿੱਤਾ, ਮੈਂ ਕਿਤੇ ਗਲਤੀ ਤਾਂ ਨਹੀਂ ਕੀਤੀ? ਮੈਂ ਆਖਿਆ ਤੂੰ ਗਲਤੀ ਨਹੀਂ ਕੀਤੀ, ਤੂੰ ਬਿਲਕੁਲ ਸਹੀ ਕੀਤਾ ਹੈ, ਬਿਲਕੁਲ। ਮੈਂ ਹੈਰਾਨ ਹੋਇਆ ਵੀ ਮਾਂ ਨੇ ਕਦੇ ਇੱਦਾਂ ਨਹੀਂ ਕਿਹਾ ਆਪਣੇ ਪੁੱਤਰ ਨੂੰ ਵੀ ਬੇਟਾ ਤੈਨੂੰ ਕੈਨੇਡਾ ਵਿੱਚ ਬੈਠੇ ਨੂੰ ਰੋਟੀ ਖਾਣ ਦੀ ਲੋੜ ਨਹੀਂ, ਮੈਂ ਰੋਟੀ ਖਾ ਲਈਏ ਤੂੰ ਭੁੱਖਾ ਰਹਿ ਜਾਈ। ਮਾਂ ਇੱਥੇ ਅਸੀਂ ਵੀ ਇੱਥੇ ਵੀ ਇੱਦਾਂ ਕਰਦੇ ਹਾਂ, ਬੱਚਾ ਸਕੂਲ ਜਾ ਰਿਹਾ ਅਤੇ ਉਹਨੂੰ ਇੱਦਾਂ ਕਿਹਾ ਜਾਂਦਾ ਵੀ ਤੂੰ ਸਕੂਲ ਜਾ, ਤੇਰਾ ਅੱਜ ਐਗਜ਼ਾਮ ਹੈ, ਮੈਂ ਪਾਠ ਕਰਾਂਗੀ ਤੂੰ ਪਾਸ ਹੋ ਜਾਏਗਾ। ਮੈਂ ਨਹੀਂ ਕਹਿੰਦਾ ਬੱਚੇ ਨੂੰ, ਚਲੋ ਇੱਕ ਅੰਦਰੋਂ ਉਹ ਇਹੋ ਜਿਹੀ ਭਾਵਨਾ ਮਿਲਦੀ, ਉਹਨੂੰ ਇੱਕ ਅਹਿਸਾਸ, ਇੱਕ ਭਰੋਸਾ ਗੁਰੂ 'ਤੇ ਹੁੰਦਾ, ਉਹ ਗੱਲ ਚੰਗੀ ਹੈ, ਇੱਕ ਵਿਸ਼ਵਾਸ ਹੁੰਦਾ ਵੀ ਅੱਜ ਮੇਰੀ ਮਾਂ ਮੇਰੇ ਵਾਸਤੇ ਪਾਠ ਕਰਦੀ, ਕੋਈ ਚਲੋ ਇੱਕ ਅੰਦਰ ਇੱਕ ਅਹਿਸਾਸ, ਅਤੇ ਉਹ ਹੀ ਉਹਨੂੰ ਅੱਗੇ ਲੈ ਕੇ ਜਾਂਦਾ, ਉਹ ਚੰਗੀ ਗੱਲ ਹੈ। ਪਰ ਕਿੰਨਾ ਚੰਗਾ ਹੋਵੇ ਉਹ ਮਾਂ ਇਹ ਕਵੇ ਵੀ ਬੇਟਾ ਮੇਰੇ ਨਾਲ ਬੈਠ, ਤੂੰ ਵੀ ਗੁਟਕਾ ਫੜ, ਮੈਂ ਵੀ ਗੁਟਕਾ ਫੜਦੀ ਹਾਂ, ਮੈਂ ਅੱਗੇ ਬੋਲਦੀ ਹਾਂ ਤਾਂ ਮੇਰੇ ਪਿੱਛੇ ਬੋਲ, ਆਪਾਂ ਦੋਵੇਂ ਮਿਲ ਕੇ ਪਾਠ ਕਰਦੇ ਹਾਂ ਤਾਂ ਕਿ ਗੁਰੂ ਦੀ ਬਖਸ਼ਿਸ਼ ਤੇਰੇ 'ਤੇ ਵੀ ਹੋ ਜਾਵੇ, ਗੁਰੂ ਦੀ ਕਿਰਪਾ ਤੇਰੇ 'ਤੇ ਵੀ ਹੋ ਜਾਵੇ। ਇਸ ਢੰਗ ਨਾਲ ਸਾਨੂੰ ਬਾਣੀ ਪੜ੍ਹਨ ਦੀ ਲੋੜ ਹੈ। ਹੁਣ ਗੁਰੂ ਸਾਹਿਬ ਜੀ ਨੇ ਤਾਂ ਆਖਿਆ ਸੀ ਮਿਲਦਾ ਹੈ ਜ਼ਿਕਰ, ਗੁਰੂ ਸਾਹਿਬ ਜੀ ਦੇ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਨਾਂ ਨੇ ਆਖਿਆ ਸੀ ਇੱਕ ਸਿੱਖ ਨੂੰ ਵੀ ਇਹ ਜਪਜੀ ਅਰਥ ਵਿਚਾਰਨ ਕਰੋ, ਇਹ ਬਾਹਰ ਹੈ ਬਾਣੀ ਵਿੱਚ ਨਹੀਂ ਹੈ ਪੰਕਤੀ, ਜਪਜੀ ਅਰਥ ਵਿਚਾਰਨ ਕਰੋ ਵਾਰ ਵਾਰ ਔਰ ਅੰਤਰ ਧਰੋ, ਜਪਜੀ ਪੜ੍ਹਦੇ ਹੋ ਅਤੇ ਉਹਦੇ ਅਰਥਾਂ ਨੂੰ ਵੀ ਵਿਚਾਰੋ, ਜਪਜੀ ਵਿੱਚ ਕੀ ਲਿਖਿਆ ਹੋਇਆ ਹੈ ਉਹਦੇ ਅਰਥਾਂ ਨੂੰ ਵੀ ਵਿਚਾਰੋ। ਜੇਕਰ ਆਪਾਂ ਪੜ੍ਹਦੇ ਹਾਂ ਨਾ ਸਵੇਰੇ ਅਤੇ ਸ਼ਾਮ ਪੜ੍ਹ ਰਹੇ ਹਾਂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਪੜ੍ਹ ਰਹੇ ਹਾਂ, ਗਾਵੇਂ ਤੁਧਨ ਪਾਉਣ ਪਾਣੀ ਬਸੰਤਰ, ਇਹ ਸਾਰਾ ਕੁਝ ਪੜ੍ਹ ਰਹੇ ਹਾਂ, ਅਤੇ ਇੱਕ ਵਾਰੀ ਆਉਂਦਾ ਵੀ ਇਹ ਬਈ ਉਹ ਸੁਥਰੇ ਸ਼ਾਹ ਕਹਿੰਦਾ ਉਹ ਇੱਦਾਂ ਪੜ੍ਹ ਰਿਹਾ ਸੀ ਉਹ, ਅਤੇ ਸੁਥਰੇ ਸ਼ਾਹ ਤਾਂ ਉਹਨੂੰ ਕਹਿੰਦਾ ਗਾਉਂਦੇ ਨੇ ਅਤੇ ਗਾਈ ਜਾਣ ਤੈਨੂੰ ਕੀ ਹੈ, ਉਹ ਗਾਉਂਦੇ ਨੇ ਅਤੇ ਗਾਈ ਜਾਣ ਤੈਨੂੰ ਕੀ ਹੈ, ਉਹ ਸ਼ਿਕਾਇਤ ਲੈ ਕੇ ਗੁਰੂ ਸਾਹਿਬ ਕੋਲ ਚਲਾ ਗਿਆ, ਮਹਾਰਾਜ ਬਾਣੀ ਪੜ੍ਹਦਿਆਂ ਮੈਨੂੰ ਇੱਦਾਂ ਕਿਹਾ ਇਸ ਨੇ। ਅਤੇ ਉਹਨੇ ਸੁਥਰੇ ਸ਼ਾਹ ਨੂੰ ਗੁਰੂ ਪਾਤਸ਼ਾਹ ਨੇ ਬੁਲਾ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਣ ਲੱਗੇ ਵੀ ਇੱਦਾਂ ਕਿਹਾ, ਕਹਿਣ ਲੱਗੇ ਹਾਂ ਮਹਾਰਾਜ ਕਿਹਾ ਹੈ, ਕਿਉਂਕਿ ਇਹਨੂੰ ਪੁੱਛੋ ਵੀ ਬਾਣੀ ਪੜ੍ਹਦਾ ਅਤੇ ਉਹ ਤਾਂ ਗਾਉਂਦੇ ਪੈਂਦੇ, ਇਹਨੇ ਗਾਇਆ ਕਦੇ, ਇਹਦਾ ਧਿਆਨ ਤਾਂ ਸਾਡੀ ਹਾਲਤ ਇਹ ਹੈ, ਕਿਉਂਕਿ ਇਹ ਵੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਬਾਣੀ ਪੜ੍ਹਨ ਦੀ। ਕਾਰਨ ਇਹ ਹੈ ਕਿ ਸਮਝ ਸਾਨੂੰ ਉਸ ਗੱਲ ਦੀ ਆਉਂਦੀ ਹੈ ਜਿਹੜਾ ਜਿਹਨੂੰ ਸਾਨੂੰ ਜਿਹੜਾ ਜਿਹੜੀ ਗੱਲ ਨੂੰ ਸਾਡਾ ਮਨ ਸਮਝ ਰਿਹਾ ਹੋਵੇ, ਜਿਹੜੀ ਲੈਂਗੁਏਜ ਮੈਨੂੰ ਆਉਂਦੀ ਨਹੀਂ ਹੈ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਨੂੰ ਸਪੈਨਿਸ਼ ਨਹੀਂ ਆਉਂਦੀ, ਮੈਨੂੰ ਕੋਈ ਹੋਰ ਮਦਰਾਸੀ ਨਹੀਂ ਆਉਂਦੀ, ਮੇਰੇ ਸਾਹਮਣੇ ਕੋਈ ਮਦਰਾਸੀ ਬੋਲ ਰਿਹਾ ਹੋਵੇ, ਮੇਰੇ ਸਾਹਮਣੇ ਕੋਈ ਕੰਨੜ ਭਾਸ਼ਾ ਬੋਲ ਰਿਹਾ ਹੋਵੇ, ਮੇਰੇ ਸਾਹਮਣੇ ਕੋਈ ਸਪੈਨਿਸ਼ ਬੋਲ ਰਿਹਾ ਹੋਵੇ, ਮੈਨੂੰ ਆਉਂਦੀ ਨਹੀਂ ਹੈ, ਅਤੇ ਮੇਰੇ ਵਾਸਤੇ ਤਾਂ ਉਹ ਐਵੇਂ ਹੀ ਹੈ ਨਾ, ਮੇਰਾ ਧਿਆਨ ਕਿਉਂ ਲਾ ਜਾਵੇਗਾ ਉਸ ਪਾਸੇ, ਮੇਰੇ ਸਾਹਮਣੇ ਕੋਈ ਮੇਰੀ ਭਾਸ਼ਾ ਵਿੱਚ ਬੋਲ, ਜਿਹਨੂੰ ਮੇਰਾ ਮਨ ਸਮਝਦਾ ਹੈ ਉਹਦੀਆਂ ਗੱਲਾਂ ਵਿੱਚ ਮੇਰਾ ਧਿਆਨ ਜੁੜੇਗਾ। ਮੈਂ ਬਹੁਤ ਵਾਰੀ ਇਹ ਸਵਾਲ ਜਦੋਂ ਆਉਂਦਾ ਤਾਂ ਮੈਂ ਪੁੱਛਦਾ ਹੁੰਦਾ ਵੀ ਮੈਨੂੰ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਮੂਵੀ ਵੇਖਦੇ ਆ ਮਨ ਨਹੀਂ ਟਿਕਿਆ, ਸੀਰੀਅਲ ਵੇਖਦੇ ਆ ਮਨ ਨਹੀਂ ਟਿਕਿਆ, ਟੀਵੀ ਵੇਖਦੇ ਆ ਮਨ ਨਹੀਂ ਟਿਕਿਆ, ਉੱਥੇ ਤਾਂ ਰੋਟੀ ਵੀ ਭੁੱਲ ਜਾਂਦੀ ਹੈ, ਉੱਥੇ ਤਾਂ ਇਹ ਵੀ ਨਹੀਂ ਪਤਾ ਲੱਗਦਾ ਟਾਈਮ ਕੀ ਹੋ ਗਿਆ, ਉੱਥੇ ਕਈ ਵਾਰੀ ਤਾਂ ਫੋਨ ਦੀ ਬੈੱਲ ਵੱਜਦੀ ਵੀ ਸੁਣਾਈ ਨਹੀਂ ਦਿੰਦੀ, ਡੋਰ ਬੈੱਲ ਵੀ ਸੁਣਾਈ ਨਹੀਂ ਦਿੰਦੀ, ਕਿਉਂ? ਉੱਥੇ ਹਰ ਗੱਲ ਦੀ ਸਮਝ ਆ ਰਹੀ ਹੈ, ਜਿੱਥੇ ਸਮਝ ਆ ਰਹੀ ਹੋਵੇਗੀ ਨਾ ਉੱਥੇ ਮਨ ਟਿਕੇਗਾ, ਜਿਸ ਦਿਨ ਸਾਨੂੰ ਬਾਣੀ ਦੀ ਸਮਝ ਆਉਣੀ ਸ਼ੁਰੂ ਹੋ ਗਈ ਬਾਣੀ ਵਿੱਚ ਮਨ ਟਿਕੇਗਾ। ਔਰ ਗੁਰੂ ਨੇ ਆਖਿਆ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ, ਗਿਆਨ ਕਾ ਬੱਧਾ ਮਨ ਟਿਕਣਾ ਹੈ, ਗਿਆਨ ਨੂੰ ਆਪਣੇ ਮਨ ਨੂੰ ਉਸ ਬਾਣੀ ਦੇ ਵਿੱਚੋਂ ਗਿਆਨ ਨਾਲ ਬੰਨ੍ਹਣਾ ਪਏਗਾ, ਸਾਨੂੰ ਉਹਦੇ ਅਰਥ ਵਿਚਾਰਨੇ ਪੈਣਗੇ, ਬਾਣੀ ਪੜ੍ਹਨੀ ਹੈ ਗਿਆਨ ਦੀ ਪ੍ਰਾਪਤੀ ਵਾਸਤੇ, ਪੜ੍ਹਨੀ ਇੱਕ ਆਪਣੇ ਜੀਵਨ ਦੇ ਅੰਦਰ ਆਪਣੇ ਜੀਵਨ ਨੂੰ ਉੱਚਿਆਂ ਚੁੱਕਣ ਦੇ ਵਾਸਤੇ ਅਤੇ ਉਹਨੂੰ ਆਪਣੇ ਜੀਵਨ ਵਿੱਚ ਕਮਾਉਣਾ ਹੈ, ਤਾਂ ਹੀ ਆਖਿਆ ਸੀ ਭਾਈ ਨੰਦ ਲਾਲ ਜੀ ਨੇ, ਬੜਾ ਵਧੀਆ ਲਿਖਿਆ ਹੈ, ਗੁਰੂ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਜੋ ਸਿੱਖ ਮਮ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ,
ਕਹਿਣ ਲੱਗੇ ਜਿਹੜਾ ਸਿੱਖ ਮੇਰੇ ਦਰਸ਼ਨਾਂ ਦੀ ਚਾਹਤ ਰੱਖਦਾ ਹੈ ਉਹ ਰੋਜ਼ ਆ ਕੇ ਉਹ ਗ੍ਰੰਥ ਨੂੰ ਆਣ ਕੇ ਪੜ੍ਹੇ, ਜਿਹੜਾ ਗ੍ਰੰਥ ਨੂੰ ਆਣ ਕੇ ਪੜ੍ਹੇਗਾ ਅਤੇ ਨਾਲ ਕਹਿਣ ਲੱਗੇ ਵੀ ਉਹਨੂੰ ਵਿਚਾਰ ਕੇ ਪੜ੍ਹੇ। ਬਾਣੀ ਵਿੱਚ ਵਾਰ ਵਾਰ ਵਿਚਾਰ ਕੇ ਪੜ੍ਹਨ ਦੀ ਗੱਲ ਹੈ, ਸਮਝ ਕੇ ਪੜ੍ਹਨ ਦੀ ਗੱਲ ਹੈ। ਇਹ ਜਿਸ ਦਿਨ ਅਸੀਂ ਆਪਣੇ ਜੀਵਨ ਵਿੱਚ ਇਹਨੂੰ ਸਿੱਖ ਨੇ ਸਮਝ ਲਿਆ, ਉਸ ਦਿਨ ਸਾਡੇ ਜੀਵਨ ਵਿੱਚ ਉਹ ਗਿਆਨ ਆਵੇਗਾ ਜਿਹਦੇ ਨਾਲ ਅਸੀਂ ਇੱਕ ਆਦਰਸ਼ਕ ਮਨੁੱਖ, ਜਿਹੜੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਉਹ ਅਸੀਂ ਆਪਣੇ ਜੀਵਨ ਵਿੱਚ ਕਰ ਸਕਦੇ ਹਾਂ। ਬੜੀ ਹੈਰਾਨੀ ਦੀ ਗੱਲ ਹੈ, ਇਹਨਾਂ ਨੇ ਇੱਕ ਪਰਚਾ ਦਿੱਤਾ ਹੈ ਕਿ ਉੱਥੇ ਦੁੱਖ ਪੰਜਨੀ ਲੋਕ ਨਾ ਕਹਿੰਦੇ ਨੇ, ਇੱਥੇ ਪਾਠ ਕਰਨ ਨੂੰ ਪਤਾ ਨਹੀਂ ਕਿੰਨਾ ਕੁ ਵੱਡਾ ਪੁੰਨ ਹੈ, ਅਤੇ ਉਹਦੀ 2022 ਤੱਕ ਬੁਕਿੰਗ ਹੈ। ਅੱਜ ਤੁਸੀਂ ਬੁਕਿੰਗ ਕਰਵਾਉਣੀ, 2022 ਵਿੱਚ ਜਾ ਕੇ ਸਾਨੂੰ ਟਾਈਮ ਮਿਲੇਗਾ। ਆਹ ਹਾਲਾਤ ਨੇ ਸਾਡੇ। ਬਾਣੀ ਨੂੰ ਆਪਣੇ ਵਾਸਤੇ ਪੜ੍ਹੀਏ, ਆਪਣੇ ਜੀਵਨ ਨੂੰ ਸਵਾਰਨ ਵਾਸਤੇ ਪੜ੍ਹੀਏ, ਆਪਣੇ ਪਰਿਵਾਰ ਨੂੰ ਸਵਾਰਨ ਵਾਸਤੇ, ਆਪਣੇ ਸਮਾਜ ਨੂੰ ਸਵਾਰਨ ਵਾਸਤੇ, ਆਪਣੇ ਦੇਸ਼ ਨੂੰ, ਫਿਰ ਪੂਰੀ ਦੁਨੀਆ ਨੂੰ। ਇਹ ਤਾਂ ਹੀ ਸਾਡੇ ਵਾਸਤੇ ਲਾਹੇਵੰਦ ਹੋ ਸਕਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨਵਾਦ ਚੇਅਰਮੈਨ ਸਾਹਿਬ ਦਾ, ਆਪ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਪ੍ਰਕਾਸ਼ ਸਿੰਘ ਜੀ। ਪਾਠ ਸਾਨੂੰ ਕਿਉਂ ਅਤੇ ਕਿਵੇਂ ਕਰਨਾ ਚਾਹੀਦਾ, ਇਸ ਬਾਰੇ ਬੜੀ ਖੂਬਸੂਰਤੀ ਨਾਲ ਆਪ ਜੀ ਨੇ ਆਪਣੇ ਵਿਚਾਰ ਦਿੱਤੇ। ਮੈਂ ਵੇਖ ਰਿਹਾ ਸੀ ਬੁੱਧ ਮਤ ਵਿੱਚ ਸਦਗੁਣਾਂ ਨੂੰ ਸਿਲਾ ਕਿਹਾ ਗਿਆ, ਜਿਸ ਦਾ ਭਾਵ ਚੰਗਾ ਵਿਵਹਾਰ ਕਰਨਾ। ਹੁਣ ਇਹ ਹੈ ਕਿ ਤੁਹਾਡਾ ਬਿਹੇਵੀਅਰ ਹੀ ਤੁਹਾਡੇ ਧਰਮ ਦਾ ਅਕਸ ਹੈ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਚੂਜ਼ ਦਾ, ਸਦਗੁਣਾਂ ਦੀ ਬਹੁਤ ਮਹੱਤਤਾ ਦੱਸੀ ਗਈ ਹੈ, ਵਾਰ ਵਾਰ ਦੱਸੀ ਗਈ ਹੈ। ਗੁਰਬਾਣੀ ਵਿੱਚ ਸਾਨੂੰ ਆਪਣੇ ਅੰਦਰ ਸਦਗੁਣਾਂ ਨੂੰ ਪੈਦਾ ਕਰਨ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਵੈਲਿਊ ਸਿਸਟਮ ਦੀ। ਔਰ ਮੈਂ ਬੜੀ ਵਾਰ ਸੋਚਦਾ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ ਸੰਪਾਦਨਾ ਕਰਕੇ, ਔਰ ਪਹਿਲਾ ਪ੍ਰਕਾਸ਼ ਜਿਹੜਾ ਹੁਣ ਆਉਣ ਵਾਲਾ ਥੋੜ੍ਹੇ ਦਿਨਾਂ 'ਚ ਗੁਰੂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੀਤਾ। ਦੇਖੋ, ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ ਕਿ ਹਰਿਮੰਦਰ ਸਾਹਿਬ ਦਾ ਜਿਹੜਾ ਆਰਕੀਟੈਕਟ ਹੈ, ਆਰਕੀਟੈਕਚਰ, ਚਾਰ ਦਰਵਾਜ਼ੇ ਨੇ, ਜ਼ਮੀਨ ਜਿਹੜੀ ਆਸ ਪਾਸ ਦਾ ਲੈਵਲ ਹੈ ਜ਼ਮੀਨ ਦਾ, ਉਸ ਤੋਂ 10 ਫੁੱਟ ਹੇਠ ਹੈ, ਔਰ ਫਿਰ ਚਾਰ ਦਰਵਾਜ਼ੇ ਨੇ। ਔਰ ਜਦੋਂ ਗੁਰੂ ਸਾਹਿਬ ਨੇ ਪ੍ਰਕਾਸ਼ ਕਰ ਦਿੱਤਾ ਤਾਂ ਇਟ ਵਾਜ਼ ਐਨ ਓਪਨ ਇਨਵੀਟੇਸ਼ਨ ਟੂ ਹੋਲ ਹਿਊਮੈਨਿਟੀ, ਕਮ ਐਂਡ ਹੈਵ ਗਿਆਨ, ਇੱਥੋਂ ਆ ਕੇ ਆਪਣੀ ਜ਼ਿੰਦਗੀ ਨੂੰ ਸਵਾਰਨ ਲਈ ਇੱਥੋਂ ਗਿਆਨ ਲਓ, ਰੋਸ਼ਨੀ ਲਓ। ਫਿਰ ਉਹੀ ਗੱਲ ਜਿਹੜੀ ਗੱਲ ਇਹਨਾਂ ਨੇ ਬੱਚੇ ਦੀ ਸੁਣਾਈ ਕਿ ਸਕੂਲ ਦੇ ਚਾਰ ਦੁਆਰੀ ਗਈ, ਸਕੂਲ ਸਾਫ਼ ਕੀਤਾ, ਚਾਰੋਂ ਪਾਸੇ ਚੱਕਰ ਲਗਾਏ, ਪਰਿਕਰਮਾ ਕੀਤੀ, ਔਰ ਫਿਰ ਘਰ ਆ ਗਿਆ। ਕਿ ਅਸੀਂ ਵੀ ਇਹ ਚੀਜ਼ ਨਹੀਂ ਕਰ ਰਹੇ ਜਦੋਂ ਅਸੀਂ ਗੁਰਦੁਆਰਿਆਂ ਵਿੱਚ ਜਾਂਦੇ ਹਾਂ, ਪਰਿਕਰਮਾ ਕੀਤੀ, ਮੱਥੇ ਟੇਕੇ, ਤਾਂ ਉਸ ਤੋਂ ਬਾਅਦ ਜਿਹੜੀ ਗੱਲਾਂ ਜਿਹੜੀਆਂ ਜਿਹਦੇ ਬਾਰੇ ਅਸੀਂ ਚਿੰਤਾਵਾਂ ਕਰ ਰਹੇ ਹਾਂ ਅੱਜ ਦੀਆਂ, ਜ਼ਰੂਰਤ ਹੈ ਸਾਨੂੰ ਆਪਣਾ ਬਿਹੇਵੀਅਰ, ਆਪਣਾ ਵਰਤਾਵ ਜਿਹੜਾ ਉਹਨੂੰ ਰੀਵਿਜ਼ਿਟ ਕਰਨ ਦੇ। ਇਸ ਨੂੰ ਬੜਾ ਸੋਚੀਏ ਕਿ ਕਿਸ ਤਰ੍ਹਾਂ, ਭਾਈ ਗੁਰਦਾਸ ਨੇ ਬੜਾ ਖੂਬਸੂਰਤੀ 'ਚ ਲਿਖਿਆ ਨਾ ਕਿ ਪੁੱਛਤ ਹੈ ਪਥ, ਆਪਣਾ ਦੇਖ ਰਹੇ ਹੋ ਮੰਜ਼ਲ ਤਾਂ ਪੁੱਛ ਲੈਂਦੇ ਹੋ, ਅਤੇ ਪੈਰ ਆਪਣਾ ਇੱਕ ਅੱਗੇ ਕਦਮ ਨਹੀਂ ਚਲਾਉਂਦੇ। ਬਾਤਨ ਸੇ ਕੈਸੇ ਪ੍ਰੀਤਮ ਕੇ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਏਂਗੇ। ਫਿਰ ਕਹਿੰਦਾ ਬਿਮਾਰੀ ਹੈ ਅਤੇ ਵੈਦ ਨੂੰ ਪੁੱਛਿਆ, ਹੈਂ, ਪੁੱਛਤ ਹੈ ਵੈਦ, ਖਾਦ ਖਾਤ ਔਖਦ ਨਾ ਸੰਯਮ ਸੇ, ਵੀ ਮੇਰ ਬਿਮਾਰ ਮੈਂ ਹਾਂ ਅਤੇ ਮੈਂ ਦਵਾਈ ਕਹਾਂ ਜੀ ਪ੍ਰਕਾਸ਼ ਸਿੰਘ ਜੀ ਤੁਸੀਂ ਲੈ ਲਓ ਅਤੇ ਮੈਂ ਠੀਕ ਹੋ ਜਾਵਾਂਗਾ। ਪਾਠ ਅਸੀਂ ਕਰਵਾਉਂਦੇ ਹਾਂ ਦੂਸਰਿਆਂ ਤੋਂ, ਆਪਣੀਆਂ ਤਕਲੀਫ ਮੈਨੂੰ ਹੈ, ਮੰਨਤਾਂ ਮੈਂ ਮੰਨੀਆਂ, ਔਰ ਪਾਠ ਮੈਂ ਪੈਸੇ ਦੇ ਕੇ ਦੂਸਰਿਆਂ ਤੋਂ ਕਰਵਾ ਲਵਾਂ, ਸੁਣਾਂ ਇੱਕ ਸ਼ਬਦ ਵੀ ਨਾ, ਪੜ੍ਹਾਂ ਇੱਕ ਸ਼ਬਦ ਵੀ ਨਾ, ਸਮਝਾਂ ਕੁਛ ਵੀ ਨਾ, ਅਤੇ ਮੇਰੀਆਂ ਉਹ ਮੰਗਾਂ ਮੇਰੀਆਂ ਜਿਹੜੀਆਂ ਮੰਨਤਾਂ ਨੇ ਉਹ ਪੂਰੀਆਂ ਹੋ ਜਾਣ। ਹਾਊ ਇਟ ਕੈਨ ਬੀ ਪੋਸੀਬਲ, ਜਸਟ ਥਿੰਕ ਓਵਰ ਇਟ। ਇਹਨਾਂ ਗੱਲਾਂ ਨੂੰ ਬੜਾ ਸਾਨੂੰ ਸੋਚਣਾ ਪਏਗਾ। ਦੇਖੋ, ਇੱਕ ਜਿਹੜੀ ਸਾਡੀ ਹੈ ਔਰ ਡੇਲੀ ਲਾਈਫ ਹੈ, ਔਰ ਡੇਲੀ ਲਾਈਫ ਇਜ਼ ਔਰ ਰਿਲੀਜਨ, ਜਾਂ ਮੈਂ ਕਹਿ ਲਵਾਂ ਔਰ ਡੇਲੀ ਲਾਈਫ ਇਜ਼ ਔਰ ਟੈਂਪਲ। ਸਾਡੀ ਰੋਜ਼ ਦੀ ਜਿਹੜੀ ਜ਼ਿੰਦਗੀ ਅਸੀਂ ਕਿਸ ਤਰ੍ਹਾਂ ਗੁਜ਼ਾਰਿਆ ਉਹੀ ਸਾਡਾ ਗੁਰਦੁਆਰਾ ਹੈ। ਇੱਥੋਂ ਹੀ ਤੈਅ ਹੋ ਜਾਏਗਾ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਵਿਜ਼ਿਟ ਕਰ ਰਹੇ ਹੋ। ਅਤੇ ਬੀਇੰਗ ਰਿਚ ਡਜ਼ ਨਾਟ ਬ੍ਰਿੰਗ ਹੈਪੀਨੈਸ, ਪੈਸੇ ਨਾਲ ਤੁਹਾਨੂੰ ਖੁਸ਼ੀ ਨਹੀਂ ਮਿਲਣੀ ਅੰਦਰੂਨੀ, ਨਾ ਡਜ਼ ਬੀਇੰਗ ਪੂਅਰ ਬ੍ਰਿੰਗ ਅਨਹੈਪੀਨੈਸ, ਨਾ ਹੀ ਜੇ ਤੁਸੀਂ ਗਰੀਬ ਹੋ ਤਾਂ ਤੁਸੀਂ ਦੁਖੀ ਹੋਵੋਗੇ, ਇਹ ਜ਼ਰੂਰੀ ਨਹੀਂ ਹੈ। ਇਟ ਇਜ਼ ਦਾ ਐਟੀਚਿਊਡ,
ਟੂਵਰਡਸ ਮਨੀ ਦੈਟ ਮੇਕਸ ਵਨ ਹੈਪੀ ਔਰ ਅਨਹੈਪੀ। ਇਹ ਹੁਣ ਤੁਹਾਡੇ ਬਿਹੇਵੀਅਰ 'ਤੇ ਹੈ, ਤੁਹਾਡੇ ਐਟੀਟਿਊਡ 'ਤੇ ਹੈ, ਤੁਹਾਡੇ ਰੱਖ ਰਖਾਵ 'ਤੇ ਹੈ ਕਿ ਤੁਸੀਂ ਖੁਸ਼ ਹੋ ਜਾਂ ਨਾ ਖੁਸ਼ ਹੋ। ਇਸ ਗੱਲਾਂ ਨੂੰ ਅਸੀਂ ਸਮਝਣਾ, ਤੋ ਇਹ ਕੋਈ ਬਹੁਤਾ ਜ਼ਰੂਰੀ ਨਹੀਂ, ਇਸ ਗੱਲ 'ਚ ਕੋਈ ਮਹੱਤਵਪੂਰਨ ਵੀ ਨਹੀਂ ਹੈ ਗੱਲ ਕਿ ਅਸੀਂ ਮਰਨ ਤੋਂ ਬਾਅਦ ਸਵਰਗ 'ਚ ਚਲੇ ਜਾਓਗੇ। ਮਹੱਤਵਪੂਰਨ ਜ਼ਿਆਦਾ ਇਹ ਹੈ ਕਿ ਤੁਸੀਂ ਜਿਉਂਦੇ ਜੀ ਜਿੱਥੇ ਰਹਿ ਰਹੇ ਹੋ ਉਸ ਨੂੰ ਸਵਰਗ ਬਣਾਇਆ ਕਿ ਨਹੀਂ ਬਣਾਇਆ, ਇਹ ਜ਼ਿਆਦਾ ਮਹੱਤਵ।